ਸਾਸ਼ੀਕਲ ਨਮਸਕਾਰ ਅਦਾ ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੈਟਫਾਰਮ ਲੈ ਕੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੁਣ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਬਹੁਤ ਕੁਝ ਨਵਾਂ ਆਪਰ ਗਿਆ ਜਦੋਂ ਤੋਂ ਆਪਾਂ ਲਾਸਟ ਵੀਰਵਾਰ ਦਾ ਪ੍ਰੋਗਰਾਮ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਕਈ ਖਬਰਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਤੇ ਵਿਚਾਰ ਕਰਨਾ ਵੀ ਪਣਦਾ ਹੈ ਤੁਸੀਂ ਆਪਦੇ ਵਿਚਾਰ ਹੇਟ ਲਿਖੇ ਨੰਬਰਾਂ ਤੇ ਜ਼ਰੂਰ ਸਾਡੇ ਨਾਲ ਸਾਂਝੇ ਕਰਦੇ ਰਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਤੁਹਾਡੇ ਸਾਹਮਣੇ ਰੂਬਰੂ ਹੁੰਨਾ ਹੈ ਮੈਂ ਸਰ ਤੋਂ ਮੰਦਭਾਗੀ ਕਟਣ ਦੇ ਦਰਸ਼ਕੋ ਵਾਪਰੀ ਜਿਹੜੀ ਕਿ ਇੱਕ ਭਾਰਤੀ ਜਨਤਾ ਪਾਰਟੀ ਦਾ ਚੁਣਿਆ ਹੋਇਆ ਨੁਮਾਇੰਦਾ ਪੰਜਾਬ ਦੇ ਵਿੱਚੋਂ ਚੁਣਿਆ ਹੋਇਆ ਨੁਮਾਇੰਦਾ ਅਬੋਰ ਦਾ ਐਮਐਲਏ ਮੋਰ ਬੋਰ ਵਿਦਾਂਤ ਸਬਕ ਖੇਤਰ ਦਾ ਐਮਐਲਏ ਸ਼੍ਰੀ ਅਰुण ਨਾਰੰਗ ਜੀ ਉਹ ਕੋਈ ਚਾਹੇ ਉਹ ਆਪ ਦਾ ਜਲਸਾ ਕਰਨ ਗਿਆ ਸੀ ਚਾਹੇ ਸਰਕਾਰ ਦੀਆਂ ਨੀਤੀਆਂ ਗਣਾਉਣ ਗਿਆ ਸੀ ਜਾਂ ਫਿਰ ਉਹ ਕੋਈ ਆਪਦੇ ਵਿਚਾਰ ਸਾਂਝੇ ਕਰਨ ਗਿਆ ਸੀ ਕਿਤੇ ਵੀ ਹਰ ਬੰਦੇ ਨੂੰ ਡੈਮੋਕ੍ਰੈਟਿਕ ਰਾਈਟ ਹੈ ਆਪਦੀ ਗੱਲ ਰੱਖਣ ਦਾ ਆਪਾਂ ਹਰ ਥਾਂ ਹਰ ਜਗ੍ਹਾ ਇਹ ਰੋਲਾ ਪਾਉਂਦੇ ਰਹਿੰਨੇ ਆ ਕਿ ਸਾਨੂੰ ਕਿਸਾਨ ਅੰਦੋਲਨ ਦੇ ਵਿੱਚ ਆ ਓਕੜਾਂ ਆ ਰਹੀਆਂ ਨੇ ਗਵਰਨਮੈਂਟ ਓਕੜਾਂ ਖੜੀਆਂ ਕਰ ਰਹੀਆਂ ਨੇ ਪਰ ਆਪਾਂ ਕੀ ਕਰ ਰਹੇ ਆ ਠੀਕ ਹੈ ਵਿਰੋਧ ਕਰਨਾ ਬਣਦਾ ਉਹ ਆਪਣਾ ਹੱਕ ਹੈਗਾ ਕਾਲੇ ਝੰਡੇ ਲੈ ਕੇ ਆਲੇ ਦੁਆਲੇ ਉਹਨਾਂ ਨੂੰ ਜਲਸੇ ਵਾਲੀ ਥਾਂ ਤੋਂ ਕਢ ਕੇ ਖੜ ਕੇ ਕਾਲੇ ਝੰਡੇ ਲੈ ਕੇ ਵੀ ਵਿਰੋਧ ਕੀਤਾ ਜਾ ਸਕਦਾ ਸੀ ਜਿੰਦਾਬਾਦ ਮਰਦਾਬਾਦ ਵੀ ਚੱਲ ਸਕਦੀ ਸੀ ਕਿਸੇ ਦੇ ਕੱਪੜੇ ਪਾੜ ਦੇਣਾ ਨੂੰ ਅਲਫ ਨੰਗਾ ਕਰ ਦੇਣਾ ਇਹ ਕਿੱਥੋਂ ਦਾ ਇਨਸਾਫ ਹੈ ਕੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਚੁਣੇ ਹੋਏ ਨਮਾਇੰਦੇ ਨੂੰ ਕਿ ਇੱਕ ਆਪਾਂ ਰੈਗੂਲਰ ਬੰਦਾ ਉਹਦੇ ਆਪਾ ਕੱਪੜੇ ਪਾੜ ਜੀਏ ਬਿਕਸ ਉਹਦੇ ਤੇ ਸਾਡੇ ਵਿਚਾਰ ਨਹੀਂ ਰਲਦੇ ਇਹ ਕਿੱਥੋਂ ਦੀ ਇਨਸਾਨੀਅਤ ਆ ਉਹ ਉਸ ਐਮਐਲਏ ਨੂੰ ਜ਼ਲੀਲ ਕੀਤਾ ਗਿਆ ਨੰਗਾ ਅਸੀਂ ਇਸ ਚੀਜ਼ ਦੀ ਨਿਖੇਦੀ ਕਰਦੇ ਹਾਂ ਕੰਡਮਨਟ ਕਰਦੇ ਹਾਂ ਇਸ ਚੀਜ਼ ਨੂੰ ਇਹ ਨਹੀਂ ਹੋਣਾ ਚਾਹੀਦਾ ਬਹੁਤ ਮੰਦਭਾਗੀ ਘਟਣਾ ਵਾਪਰੀ ਹੈ ਇਹ ਨਹੀਂ ਹੋਣਾ ਚਾਹੀਦਾ ਮੈਨੂੰ ਪਤਾ ਮੈਂ ਵੀ ਕਿਸਾਨ ਪਰਿਵਾਰ ਚੋਂ ਹਾਂ ਭਾਵਨਾਵਾਂ ਬਹੁਤ ਹਾਰਡ ਨੇ ਇਸ ਟਾਈਮ ਗੁੱਸਾ ਹੈ ਅੰਦਰ ਪਰ ਇੱਕ ਕੋਸੇਵਿਦ तरीके किसी भी प्रॉब्लम ਦਾ ਹੱਲ ਨਹੀਂ ਹੈ ਕਿ ਤੁਸੀਂ ਕਿਸੇ ਬੰਦੇ ਦੇ ਭਰੇ ਬਾਜ਼ਾਰ ਦੇ ਵਿੱਚ ਕੱਪੜੇ ਉਤਾਰ ਦਿਓ ਕਿਸੇ ਵੀ ਪ੍ਰੋਬਲਮ ਦਾ ਹੱਲ ਨਹੀਂ ਹੈ ਇਹ ਇਹਨੇ ਸੱਟ ਨਹੀਂ ਪਹੁੰਚਾਈ ਕਿਸਾਨ ਅੰਦੋਲਨ ਨੂੰ ਇਹਨੇ ਬਦਨਾਮ ਨਹੀਂ ਕੀਤਾ ਆਪਦੇ ਵਿਚਾਰ ਸਾਂਝੇ ਜ਼ਰੂਰ ਕਰੋ ਦਰਸ਼ਕੋ ਦੂਜਾ ਇੱਕ ਜਿਹੜੀ ਆ ਕ੍ਰਿਸ਼ੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਜਾਂਦਾ ਹੈ ਪਿਛਲੇ 10 ਘੰਟਿਆਂ ਦੇ ਕਰੀਬ ਹੋ ਗਏ ਆ ਲੰਘੇ ਕੱਲ ਇੰਡੀਆ ਦੇ ਵਿੱਚ ਕੀ ਕਿਸਾਨ ਚੌਂਤਾ ਅਸੀਂ ਗੱਲ ਕਰਨ ਲਈ ਤਿਆਰ ਨੇ ਅਸੀਂ ਤਿਆਰ ਆ ਜੇ ਕਿਸਾਨ ਚੌਂਤਾ ਤੁਸ਼ਕੋ ਆਪਦੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਆ ਜਿਹੜੀ ਸਟੇਟਮੈਂਟ ਆ ਜਿਹੜਾ ਬਿਆਨ ਹੈ ਬਹੁਤ ਦਿਨਾਂ ਬਾਅਦ ਨਹੀਂ ਆਇਆ ਇਹਦੇ ਕਈ ਮਾਇਨੇ ਕੱਡੇ ਕੱਡੇ ਜਾ ਰਹੇ ਨੇ ਇੱਕ ਮਹੀਨਾ ਹੈ ਕਿ ਉਹ ਸਿਰਫ ਤੇ ਸਿਰਫ ਜਿਹੜਾ ਗੁੱਸਾ ਆ ਕਿ ਉਹ ਜਿੱਥੇ ਕਿਸਾਨ ਬੈਠੇ ਨੇ ਉੱਥੇ ਉਸ ਟੱਕ ਰਹਿਣ ਕਿ ਅਸੀਂ ਹਰ 2 ਮਹੀਨਿਆਂ ਬਾਅਦ ਮਹੀਨੇ ਬਾਅਦ ਬਿਆਨ ਜਾਰੀ ਕਰਦੀ ਕਿ ਅਸੀਂ ਤਿਆਰ ਆ ਤਾਂ ਕਿ ਸਿਚੁਏਸ਼ਨ ਅੰਡਰ ਕੰਟਰੋਲ ਰਹੇ ਦੂਜਾ ਉਹਦਾ ਹੈਗਾ ਕਿ ਇਹ ਜੋ ਹੈ ਪੰਜਾਬ ਦੇ ਵਿੱਚ ਆ ਇੰਡੀਆ ਦੇ ਵਿੱਚ 5 ਰਾਜਾਂ ਦੀਆਂ ਜਿਹੜੀਆਂ ਚੋਣਾ ਚੱਲ ਰਹੀਆਂ ਨੇ ਪੰਜ ਰਾਜਾਂ ਦੀ ਚੋਣਾਂ ਚੱਲ ਰਹੀਆਂ ਉਹਦੇ ਵਿੱਚ ਕਿਸਾਨ ਵੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਲਈ ਹਰੇਕ ਸਟੇਟ ਵਿੱਚ ਜਾ ਰਹੇ ਨੇ ਹੋ ਸਕਦਾ ਉਹਨੂੰ ਠੱਲ ਪਾਉਣ ਲਈ ਆ ਜਿਹੜੀਆਂ ਇਹ ਬਿਆਨ ਜਿਹੜਾ ਜਾਰੀ ਕਰ ਦਿੱਤਾ ਗਿਆ ਕਿ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਔਰ ਤੀਸਰਾ ਦਰਸ਼ਕ ਉਹ ਇਹ ਐਂਗਲ ਕੱਢਿਆ ਜਾ ਰਿਹਾ ਹੈ ਕਿ ਕਿ ਵਾਕਿਆ ਸਰਕਾਰ ਬਹੁਤ ਹੀ ਜ਼ਿਆਦਾ ਸੀਰੀਅਸ ਹੈ ਤੇ ਹੁਣ ਉਹ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੀ ਹੈ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਹੋ ਸਕਦਾ ਮੈਨੂੰ ਇੰਨਾ ਪੂਰਾ ਕਲੀਅਰ ਹੈ ਕਿ ਉਹ ਰੀਪੀਲ ਨਹੀਂ ਕਰਨਗੇ ਉਹ ਕਾਨੂੰਨ ਰੱਤਾਂ ਮੇਰੇ ਖਿਆਲ ਨਹੀਂ ਕਰਨਗੇ ਪਰ ਆਪਾਂ ਇਹ ਸਕਦੇ ਹਾਂ ਕਿ ਵਿਚਲਾ ਰਾਹ ਯਾਨੀ ਕਿ ਤਿੰਨ ਸਾਲਾਂ ਲਈ ਜਿੰਨਾ ਚਿਰ ਟਰਨਓਵਰ ਐ ਇਸ ਗਵਰਨਮੈਂਟ ਦਾ ਮੋਦੀ ਗਵਰਨਮੈਂਟ ਦਾ ਉਹ ਲਈ ਸਸਪੈਂਡ ਕਰਨ ਲਈ ਤਿਆਰ ਹੋਣਗੇ ਜਾਂ ਕੋਈ ਹੋਰ ਸੰਸ਼ੋਧਨ ਜਿਹੜਾ ਕਿ ਕਿਸਾਨ ਨੇਤਾਵਾਂ ਨੂੰ ਚੰਗਾ ਲੱਗੇ ਉਹਦੇ ਉੱਤੇ ਐਗਰੀਮੈਂਟ ਕਰਨ ਨੂੰ ਤਿਆਰ ਹੋਣ ਇਹਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਜਰੂਰ ਆਪ ਦੇ ਵਿਚਾਰ ਸਾਂਝੇ ਕਰਿਓ ਦਰਸ਼ਕੋ ਪੰਜਾਬ ਦੇ ਵਿੱਚ ਦਰਨੇ ਪ੍ਰਦਰਸ਼ਨ ਅੱਧਾ ਡਿਸ਼ੂਆਂ ਨੂੰ ਲੈ ਕੇ ਚੱਲਦੇ ਆ ਇੱਕ ਜਿਹੜਾ ਧਿਆਨ ਮੰਗਦਾ ਉਹ ਇਹ ਹੈ ਕਿ ਪ੍ਰਾਈਵੇਟ ਸਕੂਲਾਂ ਨੇ ਆਪਦੀ ਜਿਹੜੀ ਹੈ ਇੱਕ ਤਾਂ ਮਨਮਰਜ਼ੀ ਦੀ ਫੀਸ ਲੈਣੀ ਸ਼ੁਰੂ ਕਰ ਦਿੱਤੀ ਔਰ ਦੂਸਰਾ ਜਿਹੜੇ ਓਵਰਹੈੱਡ ਖਰਚੇ ਹੁੰਦੇ ਆ ਬੱਚਿਆਂ ਨੂੰ ਜਿਹੜਾ ਕਿ ਕਰੋਨਾ ਕਾਲ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇੰਡੀਆ ਦੀ ਮਾਨਯੋਗ ਸੁਪਰੀਮ ਕੋਰਟ ਨੇ ਜੋ ਹੈ ਰੋਕ ਲਗਾਈ ਹੋਈ ਸੀ ਹਰੇਕ ادارے ਨੂੰ ਪ੍ਰਾਈਵੇਟ ਸਕੂਲਾਂ ਨੂੰ ਕਿ ਤੁਸੀਂ ਸਿਰਫ कोरोना काल ਦੇ ਵਿੱਚ ਬਣਦੀ ਫੀਸ ਹੀ ਲੈਣੀ ਆ ਕੋਈ ਹੋਰ ਖਰਚਾ ਨਹੀਂ ਲੈਣਾ ਬੱਚਿਆਂ ਤੋਂ ਪਰ ਹੁਣ ਉਹ ਬਿਲਡਿੰਗ ਫੰਡਸ ਦੀ ਡਿਪਾਰਟਮੈਂਟ ਡਿਮਾਂਡ ਕਰ ਰਹੇ ਨੇ ਐਨੂਅਲ ਫੀਸ ਦੀ ਡਿਮਾਂਡ ਕਰ ਰਹੇ ਨੇ ਇਹਨੂੰ ਲੈ ਕੇ ਧਰਨਾ ਪ੍ਰਦਰਸ਼ਨ ਹੈ ਪੇਰੈਂਟਸ ਵੱਲੋਂ ਕਿ ਕੋਰੋਨਾ ਕਾਲ ਦੇ ਵਿੱਚ ਕੰਮਕਾਰ ਸਾਰੇ ਖੜੇ ਆ ਉਹ ਫੀਸ ਕਿੱਥੋਂ ਦਿੱਤੀ ਜਾਊਗੀ ਔਰ ਇਹ ਵੀ ਦੇਖਣਾ ਹੈ ਕਿ ਕਿ ਸੁਪਰੀਮ ਕੋਰਟ ਦੇ ਜਿਹੜੇ ਆਦੇਸ਼ ਨੇ ਮਾਣਯੋਗ ਸੁਪਰੀਮ ਕੋਰਟ ਦੇ ਉਹਦੀ ਉੜੰਗਣਾ ਨਹੀਂ ਹੈ ਉਸ ਤੋਂ ਬਾਅਦ ਵੀ ਜੇ ਔਰ ਇਹੀ ਇੱਥੇ ਤੱਕ ਬਸ ਨਹੀਂ ਕਿ ਜਿਹੜੇ ਬੱਚੇ ਅਸਮਰਥ ਨੇ ਆਓ ਜਿਹੜੇ ਓਵਰਹੈੱਡ ਖਰਚੇ ਚ ਬਿਲਡਿੰਗ ਫੰਡ ਦਾ ਐਨੂਅਲ ਫੀਸ ਨਹੀਂ ਦੇ ਪਾ ਰਹੇ ਤਾਂ ਉਹਨਾਂ ਦੇ ਰਿਜ਼ਲਟ ਰੋਕ ਲਏ ਜਾਂਦੇ ਨੇ ਆ ਆ ਰੀਸੈਂਟਲੀ ਵਾਪਰ ਰਿਹਾ ਪੰਜਾਬ ਦੇ ਵਿੱਚ ਉਹਨਾਂ ਦੇ ਰਿਜ਼ਲਟ ਰੋਕ ਕੇ ਮਾਪੇ ਨੂੰ ਜੋ ਹੈ ਬਲੈਕਮੇਲ ਕੀਤਾ ਜਾਂਦਾ ਇਹ ਕਿੱਥੋਂ ਤੱਕ ਸਾਰਥਕ ਹੈ ਤੁਸੀਂ ਵਿਚਾਰ ਜਰੂਰ ਸਾਂਝੇ ਕਰਿਓ ਦਰਸ਼ਕੋ ਹੁਣ ਆਹ ਤਿੰਨ ਚੀਜ਼ਾਂ ਤੋਂ ਬਾਅਦ ਆਪਣੇ ਜੋ ਹੈ ਕੁਐਸਚਨ ਖੜੇ ਹੋ ਜਾਂਦੇ ਬਹੁਤ ਕਿਸਾਨ ਅੰਦੋਲਨ ਚੱਲ ਰਿਹਾ ਆ ਵੀ ਜਗ੍ਹਾ ਤੇ ਕਿਸੇ ਚੁਣੇ ਹੋਏ ਨੁਮੰਦੇ ਚਾਹੇ ਕਿਸੇ ਵੀ ਪਾਰਟੀ ਨਾਲ ਕਿਸੇ ਧਰਮ ਨਾਲ ਕਿਸੇ ਸਮਾਜ ਨਾਲ ਕਿਸੇ ਵੀ ਭਾਈਚਾਰੇ ਨਾਲ ਜੁੜਿਆ ਹੋਗਾ ਇੱਕ ਨੋਰਮਲ ਬੰਦਾ ਆਪਾਂ ਚੁਣੇ ਹੋਏ ਨੁਮਾਇੰਦੇ ਦੀ ਗੱਲ ਬਹੁਤ ਦੂਰ ਰਹਿ ਗਈ ਇੱਕ ਚੁਣਿਆ ਹੋਇਆ ਬੰਦਾ ਦੀ ਨੁਮਾਇੰਦੇ ਦੀ ਗੱਲ ਬਹੁਤ ਦੂਰ ਰਹਿ ਗਈ ਮੈਂ ਗੱਲ ਕਰ ਰਿਹਾ ਇੱਕ ਨੋਰਮਲ ਬੰਦਾ ਆਪਾਂ ਨੂੰ ਕੀ ਹੱਕ ਹੈ ਕਿ ਪਰੇ ਬਾਜ਼ਾਰ ਦੇ ਵਿੱਚ ਕਿਸੇ ਦੇ ਕੱਪੜੇ ਉਤਾਰਦੀ ਹੈ ਇਹਨਾਂ ਕਿਸਾਨ ਹੰਦਲ ਨੂੰ ਸੱਟ ਜ਼ਰੂਰ ਵੱਜੀ ਦਰਸ਼ਕੋ ਹੁਣ ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਕੱਲ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉੱਥੇ ਇੱਕ ਹੋਰ ਨਵਾਂ ਐਂਗਲ ਛੱਡ ਦਿੱਤਾ ਗਿਆ ਕਿ ਕਾਂਗਰਸ ਨੇ ਜਾਣਬੁੱਝ ਕੇ ਸਭ ਕੁਝ ਕਰਵਾਇਆ ਕਿਉਂਕਿ ਅਰुण ਨਾਰੰਗ ਨੇ ਕਾਂਗਰਸ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਅਬੋਰ ਤੋਂ ਹਰਾਇਆ ਸੀ ਤੇ ਇਹ ਕੰਮ ਸਾਰਾ ਉਹਨਾਂ ਦਾ ਰਿਵੈਂਜ ਯਾਨੀ ਕਿ ਬਦਲਾ ਲੈਣ ਵਾਸਤੇ ਇਹ ਕਾਂਗਰਸ ਨੇ ਇਹ ਸਾਰਾ ਕੰਮ ਕਰਵਾਇਆ ਦਸ਼ਕੋ ਕਿੱਥੇ ਤੱਕ ਇਹ ਸੱਚਾਈ ਹੋ ਸਕਦੀ ਹੈ ਦੇਖੋ ਆਪਾਂ ਪੂਰਾ ਕੰਪਲੀਟਲੀ ਕੰਡੈਮਨਡ ਕਰਦੇ ਆ ਇਹ ਜੇ ਜੋ ਪਾਣਾ ਵਾਪਰਿਆ ਨਹੀਂ ਹੋਣਾ ਚਾਹੀਦਾ ਸੀ ਨਹੀਂ ਵਾਪਰਨਾ ਚਾਹੀਦਾ ਸੀ ਕੋਈ ਸਾਨੂੰ ਕੋਈ ਹੱਕ ਨਹੀਂ ਕਿਸੇ ਬੰਦੇ ਦੇ ਕੱਪੜੇ ਪਰ ਵਿਹਾਰ ਚ ਉਤਾਰ ਦੇਵੇ ਚੁਣਾ ਹੈ ਨਮਨ ਦੀ ਗਲਤ ਬਹੁਤ ਦੂਰ ਦੀ ਗੱਲ ਹੈ ਪਰ ਹਾਂ ਨਵੇਂ-ਨਵੇਂ ਐਂਗਲਾਂ ਤੋਂ ਦੇਖਣਾ ਫੇਰ ਇਹ ਕਿਸੇ ਇੱਕ ਭਾਈਚਾਰੇ ਨਾਲ ਦੂਜੇ ਭਾਈਚਾਰੇ ਦੀ ਜਿਹੜੀ ਫੁੱਟਪੌਣ ਦੀ ਰਾਜਨੀਤੀ ਚੱਲ ਰਹੀ ਹੈ ਕਿ ਇਹ ਇਹ ਕਹੇ ਕਿ ਇੱਕ ਸਪੈਸ਼ਲ ਭਾਈਚਾਰੇ ਨੂੰ ਪੰਜਾਬ 'ਚ ਟਾਰਗੇਟ ਕੀਤਾ ਜਾ ਰਿਹਾ ਪਰ ਉਦੋਂ ਆਹ ਗੱਲ ਸਾਰਤਕ ਨਹੀਂ ਸੀ ਜਦੋਂ ਹਰਜੀਤ ਸਿੰਘ ਗਰੇਵਾਓ ਪਟਿਆਲੇ ਦੇ ਵਿੱਚ ਕੋਈ ਲੰਚ ਕਰਨ ਆਉਂਦੇ ਆ ਤਾਂ ਉੱਥੇ ਉਹਨਾਂ ਦਾ ਘਰਾਵ ਹੁੰਦਾ ਉਹਨਾਂ ਨੂੰ ਪਿਛਲੇ ਦੌਰ ਦੇ ਵਿੱਚ ਦੀ ਉਹਨਾਂ ਨੂੰ ਕੱਢਿਆ ਜਾਂਦਾ ਸੁਰੱਖਿਅਤ ਤੇ ਉੱਥੋਂ ਚਲੇ ਜਾਂਦੇ ਨੇ ਉਦੋਂ ਇਹ ਗੱਲਾਂ ਮਾਇਨੇ ਨਹੀਂ ਰੱਖਦੀਆਂ ਸੀ ਕਿ ਇੱਕ ਭਾਈਚਾਰਾ ਦੂਜੇ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਸੋ ਮੇਰੇ ਹੱਥ ਬੰਨ ਕੇ ਬੇਨਤੀ ਹੈ ਕਿ ਇਦਾਂ ਦੀਆਂ ਗੱਲਾਂ ਵਿੱਚ ਨਾ ਲਓ ਇਸ ਟਾਈਮ ਕਿਸਾਨ ਉਬਲਦਾ ਪਿਆ ਹੈ ਉੱਥੇ ਨਾਲ ਹੀ ਦੁਕਾਨਦਾਰ ਨਾਲ ਹੀ ਮਜ਼ਦੂਰ ਆੜਤੀਆ ਵਪਾਰ ਸਾਰੇ ਗੁੱਸੇ 'ਚ ਨੇ ਪਰ ਕਿਸਦਾ ਕੋਈ ਹੱਕ ਨਹੀਂ ਕੋਈ ਕਿਸੇ ਨੂੰ ਕੱਪੜੇ ਉਤਾਰੇ ਉਸ ਚੀਜ਼ ਕੰਪਲੀਟਲੀ ਅਸੀਂ ਨਿਖੇਧੀ ਕਰਦੇ ਹਾਂ ਉਹ ਨਹੀਂ ਹੋਣਾ ਚਾਹੀਦਾ ਤੁਹਾਡਾ ਸਾਰਥਕ ਆ ਇੱਕ ਵਧੀਆ ਵਿਰੋਧ ਕਰੋ ਆਪਦਾ ਗੁੱਸਾ ਜ਼ਾਹਰ ਕਰੋ ਕੋਈ ਗੱਲ ਨਹੀਂ ਪਰ ਜਿਹੜੇ ਨਵੇਂ-ਨਵੇਂ ਐਂਗਲ ਦੇ ਉੱਤੇ ਜਾਣੇ ਕਿ ਇੱਕ ਭਾਈਚਾਰਨ ਟਾਰਗੇਟ ਕੀਤਾ ਜਾਣਾ ਉਹ ਗਲਤ ਹੈ ਕਿਉਂਕਿ ਆਪਾਂ ਇੱਕ ਆ ਭਾਰਤਿਕ ਧਰਮ ਨਿਰਪੇਖ ਗਣਤੰਤਰ ਹੈ ਉਹਦੇ ਵਿੱਚ ਲੋਕਤੰਤਰ ਹੱਲੇ ਵੀ ਜ਼ਿੰਦਾ ਉਹਦੀਆਂ ਤਾਜ਼ੀਆਂ ਮਿਸਾਲਾਂ ਬਹੁਤ ਹੋਰ ਕੰਟਰੀ ਦੇ ਕਿਸੇ ਪਾਸੇ ਮਿਲਣ ਨੂੰ ਦੇਖਣ ਨੂੰ ਮਿਲਦੀਆਂ ਨੇ ਆਪਾਂ ਗੱਲਾਂ ਜ਼ਰੂਰ ਕਰਾਂਗੇ ਦਸ਼ਕਾ ਦੇ ਉੱਤੇ ਦੂਸਰਾ ਕੁਐਸਚਨ ਇਹ ਖੜਾ ਹੋ ਜਾਂਦਾ ਹੈ ਕਿ ਜੇ ਕਿਸਾਨ बार-बार ਇਦਾਂ ਦਾ ਬਿਹੇਵੀਅਰ ਕਰਦੇ ਆ ਜਾਂ ਕਿਸੇ ਤੋਂ ਕਰਵਾਇਆ ਜਾਂਦਾ ਉਹਦੇ ਨਾਲ ਕਿਸਾਨ ਅੰਦੋਲਨ ਜਿਹੜੀ ਸਚਾਈ ਨਾਲ ਐਨੇ ਚਿਰਾਂ ਤੋਂ ਕਰਮੱਠਤਾ ਨਾਲ ਨੀਵੇਂ ਹੋ ਕੇ ਆਪ ਦੇ ਇੱਕੇ ਦਾ ਪਹਿਚਾਣ ਬਣਿਆ ਹੋਇਆ ਔਰ ਇਸ ਟਾਈਮ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਟੈਸਟ ਜਿਹੜਾ ਉਹ ਘੋਸ਼ਿਤ ਹੋ ਚੁੱਕਾ ਔਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪ੍ਰੋਟੈਸਟ ਉਹ ਚੱਲ ਰਿਹਾ ਹੈ ਉਹਨੂੰ ਠਾਣ ਨਹੀਂ ਲੱਗ ਰਹੀ ਜੇ ਇਦਾਂ ਦਾ ਕੋਈ ਹਰਕਤ ਹੋ ਜਾਂਦੀ ਹੈ ਤਾਂ ਉਹਨੂੰ ਠੇਸ ਪਹੁੰਚ ਰਹੀ ਹੈ ਉਸ ਚੀਜ਼ ਦਾ ਖਿਆਲ ਰੱਖਣਾ ਬਣਦਾ ਆਪਣਾ ਔਰ ਦਸਕੋ ਫੇਰ ਆਪਾਂ ਆ ਜਾਣੇ ਕਿ ਇਹ ਵੈਸੇ ਵੀ ਇਨਸਾਨੀਅਤ ਦੇ ਖਿਲਾਫ ਹੈ ਕਿ ਕਿਸੇ ਦੇ ਕੱਪੜੇ ਉਤਾਰ ਦੇਣ ਫਿਰ ਆਪਾਂ ਗੱਲ ਕੁਐਸਚਨ ਉਸ ਤੋਂ ਬਾਅਦ ਆ ਜਾਂਦਾ ਕਿ ਜੋ ਪ੍ਰਾਈਵੇਟ ਸਕੂਲਾਂ ਵੱਲੋਂ ਮਾਪੇ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਕਿ ਕਿ ਉਹਨਾਂ ਦੇ ਬੱਚਿਆਂ ਦਾ ਰਿਜ਼ਲਟ ਰੋਕ ਕੇ ਉਹਨਾਂ ਨੂੰ ਬਲੈਕਮੇਲ ਕਰਨਾ ਕਿੱਥੋਂ ਤੱਕ ਸਾਰਥਕ ਹੈ ਕਿ ਤੁਸੀਂ ਇੰਨੇ ਪੈਸੇ ਬਿਲਡਿੰਗ ਫੰਡ ਲਈ ਭਰੋ ਤਾਂ ਇਹਦਾ ਰਿਜ਼ਲਟ ਡਿਕਲੇਅਰ ਕੀਤਾ ਜਾਏਗਾ ਦ ਲਾਸਟ ਕੁਐਸਚਨ ਦਸਕੋ ਜਿਹੜਾ ਕਿ ਮਾਨਯੋਗ ਜਿਹੜੇ ਸਾਡੇ ਆ ਕ੍ਰਿਸ਼ੀ ਮੰਤਰੀ ਨੇ ਸ਼੍ਰੀਮਾਨ ਨਰਿੰਦਰ ਸਿੰਘ ਤੋਮਰ ਜੀ ਨੇ ਜਿਹੜਾ ਇਹ ਕੱਲ ਬਿਆਨ ਜਾਰੀ ਕੀਤਾ ਕਿ ਅਸੀਂ ਤਾਂ ਬਿਲਕੁਲ ਤਿਆਰ ਹਾਂ ਅਸੀਂ ਸਿਰਫ ਵੇਟ ਕਰ ਰਹੇ ਹਾਂ ਕਿਸਾਨ ਕਿਸਾਨ ਜਦੋਂ ਤਿਆਰ ਹੋਣਗੇ ਤਾਂ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਇਹ ਦੇਖੋ ਉਹ ਤਾਂ ਪ੍ਰਧਾਨ ਮੰਤਰੀ ਜੀ ਨੇ ਵੀ ਕਹਿ ਦਿੱਤਾ ਸੀ ਕਿ ਮੈਂ ਇੱਕ ਫੋਨ ਕਾਲ ਦੀ ਦੂਰੀ ਤੇ ਆ ਪਰ ਫੋਨ ਨੰਬਰ ਕਿਸੇ ਕੋ ਹੈ ਨਹੀਂ ਉਹਨਾਂ ਦਾ ਨਾ ਖੇਤੀ ਮੰਤਰੀ ਦਾ ਨੰਬਰ ਹੈ ਜੇ ਉਹ ਵਾਕਈ ਵੇਟ ਕਰਦੇ ਤਾਂ ਉਹਨਾਂ ਨੂੰ ਕਾਲ ਕਰਕੇ ਉਹ ਨਹੀਂ ਲੈਂਦੇ 10 ਜਾਂ 15 ਮਿੰਟ ਲੱਗਦਾ ਸਿੰਘੋ ਬਾਰਡਰ ਤੇ ਜਾਣ ਨੂੰ ਜਿੱਥੇ ਉਹਨਾਂ ਦੇ ਆਫਿਸ ਨੇ ਪਰ ਆ ਜਿਹੜਾ ਮਹੀਨੇ ਡੇਢ ਮਹੀਨੇ ਪਿੱਛੋਂ 2 ਮਹੀਨੇ ਪਿੱਛੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਮਾਨਯੋਗ ਤੋਮਰ ਸਾਹਿਬ ਵੱਲੋਂ ਕਿ ਅਸੀਂ ਗੱਲ ਕਰਨ ਨੂੰ ਤਿਆਰ ਹੈ ਜੇ ਕਿਸਾਨ ਤਿਆਰ ਹੈ ਇਹਦੇ ਕਈ ਮਹੀਨੇ ਕੱਡੇ ਜਾ ਰਹੇ ਨੇ ਦਰਸ਼ਕੋ ਇੱਕ ਤਾਂ ਇਹ ਕਿ ਇਹ ਜਿਹੜੇ 5 ਰਾਜਾਂ ਸਟੇਟਾਂ ਦੇ ਵਿੱਚ ਇਲੈਕਸ਼ਨ ਸਟੇਟ ਅਸੈਂਬਲੀ ਦੇ ਹੋਣ ਜਾ ਰਹੇ ਨੇ ਉਹਦੇ ਵਿੱਚ ਪਾਰੀ ਜਿਹੜਾ ਹੈਗਾ ਆ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਨੇਤਾਵਾਂ ਵੱਲੋਂ ਉੱਥੇ ਰੈਲੀਆਂ ਕਰਕੇ ਉਹਨਾਂ ਦੀ ਵਿਰੋਧਤਾ ਦਰਜ ਜੋ ਹੈ ਜਾਰੀ ਕਰਵਾਈ ਜਾ ਰਹੀ ਹੈ ਉੱਥੇ ਨਾਮਜ਼ਦ ਕਰਾਇਆ ਜਾ ਰਿਹਾ ਆ ਦੀ ਵਿਰੋਧਤਾ ਉਹਦਾ ਪਾਰੀ ਵਿਰੋਧ ਦੇਖਣ ਨੂੰ ਮਿਲਿਆ ਤਾਂ ਜਾਂ ਫਿਰ ਵਾਕਈ ਜਿਹੜੀ ਸਰਕਾਰ ਬਹੁਤ ਸੀਰੀਅਸ ਹੈ ਤੇ ਉਹ ਗੱਲਾਂ ਕਰਨਾ ਮੰਗ ਕੇ ਇਸ ਗੱਲ ਨੂੰ ਕਿਤੇ ਵਿਚਾਲੜੇ ਰਾਹ ਤੇ ਐਗਰੀਮੈਂਟ ਕਰਕੇ ਕਿਸਾਨਾਂ ਨੂੰ ਵਾਕੇ ਘਰੇ ਭੇਜਣਾ ਮੰਗਦੀ ਹੈ ਤਾਂ ਕਿ ਇਹ ਪ੍ਰੋਟੈਸਟ ਜੋ ਖਤਮ ਹੋ ਸਕੇ ਤੀਸਰਾ ਐਂਗਲ ਨੇ ਦੋਸਤੋ ਇਹ ਹੈ ਕਿ ਚਲੋ ਇੱਕ ਸ਼ੋਸ਼ਾ ਹੋਰ ਛੱਡ ਦੋ ਤਾਂ ਕਿ ਜਿੱਥੇ ਕਿਸਾਨ ਬੈਠੇ ਹਨ ਉਹਨਾਂ ਦੀ ਜਿਹੜੀ ਥਿੰਕਿੰਗ ਹੈ ਉੱਥੇ ਬੈਠੇ ਰਹਿਣ ਕਿ ਹਾਂ ਗਵਰਨਮੈਂਟ ਕਿਤੇ ਨਾ ਕਿਤੇ ਤੁਹਾਡਾ ਫਿਕਰ ਕਰਦੀ ਹੈ ਤੁਸੀਂ ਜਿੱਥੇ ਹੋ ਉੱਥੇ ਬੈਠੇ ਰਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪ ਦੀ ਗੱਲ ਕਰਕੇ ਸਾਨੂੰ ਕਾਲ ਕਰਕੇ ਜ਼ਰੂਰ ਆਪ ਦੇ ਜੋ ਹੈ ਵਿਚਾਰ ਸਾਂਝੇ ਕਰਨੇ ਆ ਦਰਸ਼ਕੋ ਹੋਰ ਵੀ ਕਈ ਬਹੁਤ ਵਧੀਆ ਆਪਣੇ ਕੋਲ ਖਬਰਾਂ ਨੇ ਪਰ ਆਪਾਂ ਇੱਕ ਮਿਲਦੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਤੁਸੀਂ ਬਣੇ ਰਹੋ ਜਸ ਪੰਜਾਬੀ ਦੇ ਦਰਸ਼ਕੋ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਅਰ ਪ੍ਰੋਗਰਾਮ ਓਪਨ ਪਲੇਟਫਾਰਮ ਦੇ ਵਿੱਚ ਮੈਂ ਤੁਹਾਡਾ ਗੁਰਲਾਲ ਤੁਹਾਡੇ ਰੂਬਰੂ ਹੁਣ ਟਿਊਜ਼ਡੇ ਵੈਂਸ ਦੇ ਟਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਆ ਦਰਸ਼ਕੋ ਜਿੱਦਾਂ ਆਪਾਂ ਗੱਲ ਕੀਤੀ ਭਾਰਤੀ ਜਨਤਾ ਪਾਰਟੀ ਦੇ ਚੁਣੇ ਹੋਏ ਨਿਮਾਂਦੇ ਨੂੰ ਜਿੱਦਾਂ ਕੱਪੜੇ ਉਤਾਰੇ ਗਏ ਆ ਕ੍ਰਿਸ਼ੀ ਮੰਤਰੀ ਸ਼੍ਰੀਮਾਨ ਨਰਿੰਦਰ ਸਿੰਘ ਤੋਮਰ ਵੱਲੋਂ ਬਿਆਨ ਜਾਰੀ ਕੀਤਾ ਜਾਣਾ ਤੇ ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਮਨਮਰਜ਼ੀ ਚੱਲ ਰਹੀ ਹੈ ਉਦੇ ਉੱਤੇ ਗੱਲ ਕਰਦੇ ਹਾਂ ਦਰਸ਼ਕੋ ਉਸ ਤੋਂ ਬਾਅਦ ਖਬਰਾਂ ਹੋਰ ਵੀ ਨੇ ਤੁਸੀਂ ਆਪਦੇ ਵਿਚਾਰ ਸਾਂਝੇ ਉਹਨਾਂ ਕੁਐਸਚਨਾਂ ਤੇ ਜਰੂਰ ਕਰਿਓ ਆ ਰਾਜਸਥਾਨ ਦੇ ਵਿੱਚ ਤਿੰਨ ਜਗ੍ਹਾ ਰਾਜਸਮੰਦ ਸਹਾੜਾ ਤੇ ਸੁਜ਼ਾਨਗੜ ਇਹ ਤਿੰਨ ਵਿਧਾਨ ਸਭਾ ਖੇਤਰਾਂ ਦੇ ਵਿੱਚ ਦੁਬਾਰਾ ਉਪ ਚੋਣਾਂ ਹੋਣ ਜਾ ਰਿਹਾ ਹੈ ਅਸੈਂਬਲੀ ਦਾ ਇੰਟਰਸਟਿੰਗ ਗੱਲ ਜਿਹੜੀ ਇਹਦੇ ਵਿੱਚ ਹੈਗੀ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦਾ ਜਿਹੜਾ ਵਿਥਿਆ ਬਹੁਤ ਥੋੜਾ ਜੇ ਭਾਰਤੀ ਜਨਤਾ ਪਾਰਟੀਏ ਤਿੰਨ ਸੀਟਾਂ ਜਿੱਤਣ ਚੁਕਾਮਯਾਬ ਹੋਈ ਤਾਂ ਗੈਲੋਤ ਸਰਕਾਰ ਨੂੰ ਕਿਤੇ ਨਾ ਕਿਤੇ ਠੱਬੀ ਲੱਗ ਸਕਦੀ ਹੈ ਤੁਹਾਡਾ ਕੀ ਵਿਚਾਰ ਹੈ ਤੁਸੀਂ ਦੱਸਿਓ ਅ ਦਰਸ਼ਕੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਰਮਾ ਦੀ ਮਯਾ ਮਾਰ ਦੀ ਅੱਜ ਪਹਿਲਾਂ ਤਾਂ 11-12 ਕੰਟਰੀਆਂ ਨੇ ਉਹਨਾਂ ਨੇ ਜਿਹੜਾ ਬਿਜ਼ਨਸ ਡੀਲ ਉਹਨਾਂ ਨੇ ਖਤਮ ਕੀਤੀ ਹੋਈ ਸੀ ਅੱਜ ਅਮਰੀਕਾ ਨੇ ਵੀ ਉਹਨਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਵਪਾਰ ਕਰਨ ਤੋਂ ਸਖਤ ਮਨਾ ਕਰ ਦਿੱਤਾ ਹੈ ਕਿਉਂ ਕਿ ਜਿਹੜਾ ਆਰਮੀ ਨੇ ਟੇਕਓਵਰ ਕੀਤਾ ਸੀ ਕੰਟਰੀ ਨੂੰ ਉੱਥੋਂ ਦਾ ਲੋਕਤੰਤ੍ਰਿਕ ਵੈਨਾ ਚੁਣੇ ਹੋਏ ਜਿਹੜੇ ਨੁਮਾਇंदे ਰਾਜ ਚਲਾ ਰਹੀ ਸੀ ਸਰਕਾਰ ਚਲਾ ਰਹੀ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕ ਕੇ ਸੈਨਾ ਨੇ ਆਪਦੇ ਅੰਡਰ ਜਿਹੜੀ ਕੰਟਰੀ ਲੈ ਲਈ ਹੈ ਚਲੋ ਕੋਈ ਕਾਰਨ ਰਹੇ ਹੋਣਗੇ ਆਪਾਂ ਇਸੇ ਪ੍ਰੋਗਰਾਮ ਤੇ ਇਸੇ ਮੰਚ ਤੇ ਆਪਾਂ ਜਦੋਂ ਜਿਸ ਦਿਨ ਟੇਕਓਵਰ ਕੀਤਾ ਸੀ ਆਪਾਂ ਗੱਲ ਕੀਤੀ ਸੀ ਦੁੱਖ ਦੀ ਗੱਲ ਇਹ ਹੈ ਕਿ ਹੁਣ ਉਥੋਂ ਦੇ ਜਿਹੜੇ ਲੋਕ ਐ ਉਹ ਬਾਹਰ ਸੜਕਾਂ ਤੇ ਆ ਗਏ ਉਹ ਕਹਿੰਦੇ ਕਿ ਚਲੋ ਜਿਹੜੇ ਪਿਛਲੇ ਨਹੀਂ ਰਹੇ ਉਹ ਨਵੀਂ ਸਰਕਾਰ ਬਣਾ ਦੇਣੀ ਚਾਹੀਦੀ ਹੈ ਦੁਬਾਰਾ ਇਲੈਕਸ਼ਨ ਬਣਾ ਕੇ ਲੋਕਤਾਂਤ੍ਰਿਕ ਵੇਨਾ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਿਹੜਾ ਸਰਕਾਰ ਚਲਾਉਣ ਐਸ ਕਰਕੇ ਲੋਕ ਪ੍ਰੋਟੈਸਟ ਕਰ ਰਹੇ ਨੇ ਲੋਕ ਸਟੂਡੈਂਟ ਯੂਨੀయన్స్ ਮਜ਼ਦੂਰ ਯੂਨੀਅਨ ਹਰ ਤਰ੍ਹਾਂ ਦਾ ਵਰਗ ਪ੍ਰੋਟੈਸਟ ਕਰ ਰਿਹਾ ਤੇ ਸੈਨਾ ਉਹਨਾਂ ਦੇ ਉੱਤੇ ਸਖਤੀ ਵਰਤ ਰਹੀ ਹੈ ਅੱਜ ਦੀ ਤਾਜ਼ਾ ਖਬਰ ਹੈ ਕਿ ਕਈ ਜਗ੍ਹਾ ਤੇ ਗੋਲੇ ਵੀ ਵਰਸਾਏ ਗਏ ਹੁਣ ਤੱਕ ਦਰਸ਼ਕੋ 460 ਬੰਦੇ ਇਸ ਪੂਰੇ ਘੋਲ ਦੇ ਵਿੱਚ ਮਾਰੇ ਜਾ ਚੁੱਕੇ ਨੇ ਤਰ੍ਹਾਂ ਤਰ੍ਹਾਂ ਦੀ ਹਰ ਜਗ੍ਹਾ ਨਖੇਦੀ ਹੋ ਰਹੀ ਹੈ ਉੱਥੋਂ ਦੀ ਸੈਨਾ ਵੱਲੋਂ ਜੋ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਦੀ ਹਰ ਦੇਸ਼ ਵੱਲੋਂ ਨਖੇਦੀ ਹੋ ਰਹੀ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਉੱਥੇ ਲੋਕਤਾਂਤ੍ਰਿਕ ਵੇ ਨਾਲ ਸਰਕਾਰ ਚੁਣੀ ਜਾਵੇ ਤੇ ਚੁਣੇ ਹੋਏ ਨਵੇਂ ਦੇ ਰਾਜ ਚਲਾਉਣ ਪਰ ਅੱਜ ਪਹਿਲਾਂ ਤਾਂ ਯੂਰਪ ਉਸ ਤੋਂ ਬਾਅਦ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਅੱਜ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਇੱਕ ਬਕਾਇਦਾ ਪ੍ਰੈਸ ਕਾਨਫਰੈਂਸ ਪ੍ਰੈਸ ਨੋਟ ਜਾਰੀ ਕਰਕੇ ਜੋ ਹੈ ਉਹਦੇ ਉੱਤੇ پابੰਦੀ ਲਾ ਦਿੱਤੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਪਾਰ ਜੋ ਹੈ ਉਹ ਨਹੀਂ ਕੀਤਾ ਜਾਏਗਾ ਬਰਮਾ ਨਾਲ ਜਿੰਨੇ ਚਾਰ ਲੋਕਤੰਤ੍ਰਿਕ ਸਰਕਾਰ ਬਹਾਲ ਨਹੀਂ ਹੋ ਜਾਂਦੀ ਤੇ ਜਿਹੜੀ ਸੈਨਾ ਉਹ ਲੋਕਾਂ ਨਾਲ ਤੱਕਾ ਕਰਨੋਂ ਨਹੀਂ ਹਟ ਜਾਂਦੀ ਦਰਸ਼ਕੋ ਇਹ ਸੀਗੀ ਉਹ ਬਰਮਾ ਦੇ ਹਾਲਾਤ ਆਪਾਂ ਚੱਲਦੇ ਆਂ ਦੁਨੀਆ ਦੀ ਸਭ ਤੋਂ ਵੱਡੀ ਨੈਰ ਸਵੇਜ਼ਨਰ ਜਿਹੜੀ ਕਿ ਮਿਸ਼ਰ ਕੋਲ ਇੱਕ ਮਾਲ ਵਾਹਕ ਜਹਾਜ਼ ਸਟਕ ਹੋ ਗਿਆ ਸੀ ਉੱਥੇ ਫਸ ਗਿਆ ਸੀਗਾ ਬਹੁਤ ਵੱਡਾ ਜਹਾਜ਼ ਹੈ ਉਹਦਾ ਨਾਮ ਜਾਜਦਾ ਨਾ ਸੀ ਦੀ ਐਵਰਗ੍ਰੀਨ ਦਸ਼ਕੂ ਅੱਜ ਦੇ ਟੋਟਲ ਜਿਹੜੇ ਆ ਰਹੇ ਨੇ ਆਂਕੜੇ سامنے ਆਏ ਨੇ ਅੱਜ ਤੱਕ 30 ਮਾਰਚ ਤੱਕ ਜਿਹੜੇ ਆਂਕੜੇ ਸਮਝ ਆਏ ਨੇ ਉਹ ਸਾਹਮਣੇ ਆਏ ਨੇ ਉਹ ਇਹ ਨੇ ਕਿ 150 ਮਿਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਹੈ ਉਸ ਜਹਾਜ਼ ਦੇ ਉੱਤੇ ਸਟਕ ਹੋਣਾ 100 ਨੋ 150 ਆਮ ਸੌਰੀ 150 ਮਿਲੀਅਨ ਨਹੀਂ 50 ਹਜ਼ਾਰ ਮਿਲੀਅਨ ਡਾਲਰ 150 ਜਿਹੜੇ ਜਹਾਜ਼ ਉਹ ਸਟਕ ਹੋ ਗਏ ਸੀ ਉਹ ਸਟਕ ਨਹੀਂ ਸੀ ਸਟਕ ਤਾਂ ਵੱਡਾ ਹੋਇਆ ਸੀ ਇਹ ਉਹਦੇ ਪਿੱਛੇ ਤੋਂ ਕਿ ਆਵਾਜ਼ਾਈ ਰੁਕੀ ਸੀ ਔਰ ਜੋ ਐਵਰਗ੍ਰੀਨ ਕੰਪਨੀ ਐਵਰਗ੍ਰੀਨ ਨਾਂ ਦਾ ਜਿਹੜਾ ਵੱਡਾ ਜਹਾਜ਼ ਕਿਸੇ ਨਾ ਕਿਸ ਤਰ੍ਹਾਂ ਸਟਕ ਹੋ ਗਿਆ ਸੀਗਾ ਇਹ ਇਹ ਹੀ ਏਸ਼ੀਆ ਤੋਂ ਯੂਰਪ ਮਾਲ ਦੀ ਆਵਾਜਾਈ ਮਾਲ ਢੋਈਦਾ ਕੰਮ ਕਰਦੀ ਹੈ ਇਹ ਕੰਪਨੀ ਆ ਬੜੀ ਮੁਸ਼ਕਲ ਨਾਲ ਉਸ ਜਹਾਜ਼ ਨੂੰ ਉੱਥੋਂ ਕੱਢਿਆ ਗਿਆ ਤੇ ਆਵਾਜਾਈ ਸ਼ੁਰੂ ਹੋਈ ਤੇ ਅੱਜ ਜਿਹੜੇ ਤਾਜ਼ਾ ਅੰਕੜੇ ਨੇ ਦਰਸਾਉਂਦੇ ਬਿਆਹ ਯਾਰ ਮਿਲੀਅਨ ਡਾਲਰ ਦਾ ਕਟਾ ਲੱਗ ਗਿਆ ਟੋਟਲ ਪੂਰੇ ਵਰਲਡ ਨੂੰ ਕਿਉਂਕਿ ਆਵਾਜਾਈ ਮਾਲ ਦੀ ਜਿਹੜੀ ਹੈ ਉਹ ਰੁਕੀ ਹੋਈ ਸੀਗੀ ਪੂਰੇ ਯੂਰਪ ਨੂੰ ਸਪਲਾਈ ਰੁਕੀ ਹੋਈ ਸੀ ਏਸ਼ੀਆ ਤੋਂ ਏਸ਼ੀਆ ਤੋਂ ਏਸ਼ੀਆ ਨੂੰ ਰੁਕੀ ਹੋਈ ਸੀ ਯੂਰਪ ਸਾਈਡ ਤੋਂ ਤੇ ਗਾ ਅੱਗੇ ਜਿਹੜੇ ਕਨੈਕਸ਼ਨ ਬਣਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਆ ਤਦਕੋ ਆਪਣੇ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਅਕਸਰ ਜਾਂਦੇ ਰਹਿੰਦੇ ਆ ਬਾਹਰਲੀ ਕੰਟਰੀਆਂ 'ਚ ਕੋਰੋਨਾ ਕਾਲ 'ਚ ਥੋੜਾ ਕੱਟ ਕੀਤਾ ਸੀ ਹੁਣ ਰੀਸੈਂਟਲੀ ਕਾਰਨ ਚਾਹੇ ਕੋਈ ਵੀ ਬੰਗਾਲ ਵੈਸਟ ਬੰਗਾਲ ਦੇ ਇਲੈਕਸ਼ਨ ਰਹੇ ਹੋਣ ਜਾਂ ਕੋਈ ਹੋਰ ਰੁਝੇਵੇਂ ਰਹੇ ਹੋਣ ਹੋਰ ਕੋਈ ਕਾਰਨ ਰਿਹਾ ਹੋਗਾ ਬੰਗਲਾਦੇਸ਼ ਜਾਣ ਦਾ ਪਰ ਜਦੋਂ ਉੱਥੇ ਪਹੁੰਚੇ ਉਹਨਾਂ ਦਾ ਬਹੁਤ ਗਵਰਨਮੈਂਟ ਵੱਲੋਂ ਤਾਂ ਸਵਾਗਤ ਕੀਤਾ ਗਿਆ ਪਰ ਲੋਕਲ ਜਿਹੜੇ ਕੱਟੜਪੰਥੀ ਲੋਕ ਨੇ ਉਹਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਉਹਨਾਂ ਵੱਲੋਂ ਜੋ ਹੈ ਭਾਰੀ ਵਿਰੋਧ ਕੀਤਾ ਗਿਆ ਦਰਸ਼ਕੋ ਹੁਣ ਵਿਰੋਧ ਇਹ ਕਈ ਕਾਰਨ ਨੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਭਾਈਚਾਰਨ ਆਂਡੀਆਂ ਚ ੱਤਕਾ ਹੋ ਰਿਹਾ ਕਈਆਂ ਨੂੰ ਲੱਗਦਾ ਕਿ ਨਹੀਂ ਇਹ ਵੈਸਟ ਬੰਗਾਲ ਦੇ ਇਲੈਕਸ਼ਨ ਦਾ ਕਰਕੇ ਆਏ ਉਦਾਂ ਸਾਡੀ ਕੋਈ ਬਾਤ ਨਹੀਂ ਪੁੱਛਦਾ ਦਰਸ਼ਕੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਉੱਥੇ ਗਏ ਉਹਨਾਂ ਦੀ ਜਿਹੜੀ ਪ੍ਰਧਾਨ ਮੰਤਰੀ ਨੂੰ ਮਿਲੇ ਵਾਪਸ ਵੀ ਆ ਗਏ ਪਰ ਇਹ ਉਹਨਾਂ ਨੂੰ ਵਾਪਸ ਆਇਆ ਹੋਇਆਂ ਨੂੰ ਵੀ ਬਹੁਤ ਦਿਨ ਹੋ ਗਏ ਨੇ ਫੇਰ ਵੀ ਉੱਥੇ ਲੋਕਲ ਗਵਰਨਮੈਂਟਸ ਦੀ ਬਿਲਡਿੰਗਸ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਕੱਟੜਪੰਥੀਆਂ ਵੱਲੋਂ ਹੱਲੀ ਵੀ ਆਫ ਦਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਕਿ ਉਸ ਵੀ ਪ੍ਰਧਾਨ ਮੰਤਰੀ ਸਾਡੇ ਇੰਡੀਆ ਦੇ ਇੱਥੇ ਕਿਉਂ ਆਏ ਨੰਬਰ 2 ਉੱਥੋਂ ਦੇ ਕਈ ਹਿੰਦੂ ਮੰਦਿਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਜਿਹੜਾ ਕਿ ਬਹੁਤ ਹੀ ਨਿੰਦਣਯੋਗ ਹੈ ਇਦਾਂ ਨਹੀਂ ਹੋਣਾ ਚਾਹੀਦਾ ਕਿਸੇ ਵੀ ਧਾਰਮਿਕ ادارے ਨਾਲ ਔਰ ਕਿਸੇ ਵੀ ਬਿਲਡਿੰਗ ਨੂੰ ਨੁਕਸਾਨ ਕਿਉਂ ਪਹਚਾਉਣਾ ਜਦੋਂ ਉਹ ਆ ਗਿਆ ਸੀਗਾ ਪ੍ਰਧਾਨ ਮੰਤਰੀ ਜੀ ਕਹੇ ਸੀ ਵਾਪਸ ਆ ਗਏ ਹੁਣ ਗੁੱਸਾ ਠੰਡਾ ਹੋ ਜਾਣਾ ਚਾਹੀਦਾ ਪਰ ਹੱਲੇ ਵੀ ਉੱਥੇ ਬੰਗਲਾਦੇਸ਼ ਦੇ ਵਿੱਚ ਦਰਨੇ ਪ੍ਰਦਰਸ਼ਨ ਜਾਰੀ ਨੇ ਔਰ ਪੰਨ ਤੋੜ ਦੀਆਂ ਖਬਰਾਂ ਆ ਰਹੀਆਂ ਨੇ ਦੁਸ਼ਕੋ ਆਪਾਂ ਵਾਪਸ ਚੱਲਦੇ ਆ ਆਪਣੇ ਕੁਐਸਚਨ ਨਾਲ ਤੁਸੀਂ ਆ ਆਪਦੇ ਵਿਚਾਰ ਜ਼ਰੂਰ ਸਾਂਝੇ ਕਰੋ ਪ੍ਰੋਗਰਾਮ ਦੇ ਵਿੱਚ ਫੋਨ ਰਾਹੀਂ ਕਿ ਇੱਕ ਚੁਣੇ ਹੋਏ ਨੁਮਾਇੰਦੇ ਦਾ ਤਾਂ ਕੀ ਬਹੁਤ ਦੂਰ ਦੀ ਗੱਲ ਹੈ ਕਿ ਕਿਸੇ ਨੂੰ ਹੱਕ ਹੈ ਕਿ ਕਿਸੇ ਨਾਰਮਲ ਬੰਦੇ ਦੇ ਕੱਪੜੇ ਭਰੇ ਬਾਜ਼ਾਰ ਦੇ ਵਿੱਚ ਉਤਾਰ ਦਿੱਤੇ ਜਾਣ ਇਹਨੂੰ ਹੱਕ ਇਸ ਚੀਜ਼ ਦਾ ਆਪਦੇ ਵਿਚਾਰ ਜਰੂਰ ਸਾਂਝੇ ਕਰੋ ਪਰ ਉਸ ਦੇ ਉੱਤੇ ਧਿਆਨ ਦੇਣ ਵਾਲੀਆਂ ਖਬਰਾਂ ਇਹ ਨੇ ਦਰਸ਼ਕੋ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਾਂਦੀ ਹੈ ਬੀਤੇ ਦਿਨੀ ਤੇ ਉਹਦੇ ਵਿੱਚ ਇੱਕ ਹੋਰ ਐਂਗਲ ਇਹਦੇ ਵਿੱਚ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਤਾਂ ਹੋਇਆ ਕਿ ਕਾਂਗਰਸ ਨੇ ਤਾਂ ਕਰਵਾਇਆ ਕਿ ਅਰੁਣ ਨਾਰੰਗ ਨੇ ਅਬੋਰ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਉਤੋਂ ਹਰਾਇਆ ਸੀ ਉਹਦਾ ਕਰਕੇ ਇਹ ਸਭ ਕੁਝ ਗਿਣੀ ਮਿਤੀ ਚਾਲ ਦੇ ਤਹਿਤ ਕੀਤਾ ਗਿਆ ਦਸ਼ਕੁਤ ਕਿਸੇ ਨੇ ਕੀਤਾ ਕਿਸੇ ਨੇ ਕਰਾਇਆ ਹੋਇਆ ਬਹੁਤ ਮਾੜਾ ਐ ਨਹੀਂ ਹੋਣਾ ਚਾਹੀਦਾ ਸੀ ਕਿਸਾਨ ਅੰਦੋਲਨ ਨੂੰ ਸੱਟ ਵੱਜ ਸਕਦੀ ਹੈ ਔਰ ਵੱਜੀ ਵੀ ਹੋਊਗੀ ਔਰ ਜਿਹੜੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਨਿਖੇਦੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਸਾਡੀ ਵਿਰੋਧਤਾ ਜਾਰੀ ਹੈ ਕਾਲੇ ਝੰਡੇ ਦਿਖਾ ਕੇ ਹੋਰ ਕਈ ਤਰ੍ਹਾਂ ਦੇ ਤਰੀਕੇ ਨੇ ਵਿਰੋਧ ਕਰਨ ਦੇ ਪਰ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਦੇ ਕੋਈ ਕੱਪੜੇ ਉਤਾਰ ਦਿੱਤੇ ਜਾਂ ਤੇ ਉਸ ਤੋਂ ਬਾਅਦ ਜਿਹੜਾ ਪ੍ਰਾਈਵੇਟ ਸਕੂਲਾਂ ਮੈਂ ਪੰਜਾਬ ਦੀ ਗੱਲ ਕਰ ਰਿਹਾ ਪ੍ਰਾਈਵੇਟ ਸਕੂਲਾਂ ਵੱਲੋਂ ਜਿਹੜੀ ਤੱਕੇਸ਼ਾਹੀ ਕੀਤੀ ਜਾ ਰਹੀ ਦਰਸ਼ਕੋ ਕਿ ਕਿਸੇ ਬੱਚੇ ਤੋਂ ਹਾਲਾਂਕਿ ਆਨਰੇਬਲ ਸੁਪਰੀਮ ਕੋਰਟ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਕਿ ਕਿਸ ਕੋਰੋਨਾ ਕਾਲ ਦੇ ਵਿੱਚ ਕਿਸੇ ਕੋਲੋਂ ਵੀ ਬਣਦੀ ਟਿਊਸ਼ਨ ਫੀਸ ਤੋਂ ਬਾਅਦ ਕੁਝ ਨਹੀਂ ਲਿਆ ਜਾਊਗਾ ਪਰ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਕਦੇ ਬਿਲਡਿੰਗ ਫੰਡਸ ਦੇ ਕਦੇ ਐਨੂਅਲ ਫੀਸ ਦੇ ਨਾਂ ਤੇ ਐਕਸਟਰਾ ਜਿਹੜੀ ਪੈਸੇ ਚਾਰਜ ਕੀਤੇ ਜਾਂਦੇ ਜੋ ਕਿ ਬੱਚਾ ਸਮਰਥ ਹੁੰਦਾ ਆ ਉਹਨੂੰ ਉਹਦਾ ਰਿਜ਼ਲਟ ਰੋਕ ਲਿਆ ਜਾਂਦਾ ਹੈ ਜ਼ਲੀਲ ਕੀਤਾ ਜਾਂਦਾ ਔਰ ਮਾਪਾਪ ਨੂੰ ਬਲੈਕਮੇਲ ਕੀਤਾ ਜਾਂਦਾ ਇਹਦੇ ਖਿਲਾਫ ਦਰਸ਼ਕੋ ਕੱਲ ਪੂਰੇ ਪੰਜਾਬ ਦੇ ਵਿੱਚ ਤਰਨੇ ਪ੍ਰਦਰਸ਼ਨ ਪੇਰੈਂਟਸ ਵੱਲੋਂ ਕੀਤੇ ਗਏ ਤੇ ਉਹਦੀ ਨਿਖੇਧੀ ਵੀ ਕੀਤੀ ਗਈ ਔਰ ਫਿਰ ਦਰਸ਼ਕੋ ਆਪਾਂ ਚੱਲਦੇ ਹਾਂ ਉਮਾਨੀਓ ਖੇਤੀ ਮੰਤਰੀ ਸ਼੍ਰੀਮਾਨ ਨਰਿੰਦਰ ਤੋਮਰ ਜੀ ਵੱਲੋਂ ਬਿਆਨ ਜਾਰੀ ਕੀਤਾ ਜਾਣਾ ਕਿ ਅਸੀਂ ਗੱਲ ਕਰਨ ਨੂੰ ਤਿਆਰ ਆ ਜੇ ਕਿਸਾਨ ਤਿਆਰ ਆ ਤਾਂ ਕਈ ਮਹੀਨੇ ਕੱਢੇ ਜਾ ਰਹੇ ਨੇ 1 ਮਹੀਨਾ ਤੇ ਕੱਢ ਰਿਹਾ ਕਿ ਚਲੋ 2-4 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਇੱਕ ਬਿਆਨ ਜਾਰੀ ਕਰ ਦੋ ਵੀ ਚਲੋ ਅਸੀਂ ਸਰਕਾਰ ਤੁਹਾਡੇ ਬਾਰੇ ਸੋਚ ਰਹੀ ਹੈ ਦੂਸਰਾ ਦਰਸ਼ਕੋ ਇਹ ਹੈ ਕਿ ਸ਼ਾਇਦ ਪੰਜ ਰਾਜਾਂ ਜਿਹੜੀ ਸਟੇਟਾਂ ਚ ਇਲੈਕਸ਼ਨ ਚੱਲ ਰਹੀ ਹੈ ਉਹਦਾ ਕਰਕੇ ਆਪਾਂ ਨੂੰ ਕਿਸਾਨਾਂ ਨੂੰ ਥੰਮ ਲਾਉਣ ਵਾਸਤੇ ਕਿਉਂਕਿ ਕਿਸਾਨ ਨੇਤਾ ਹਰ ਸਟੇਟ ਜਾ ਕੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਿਹਾ ਆ ਵੀ ਵਿਰੋਧਤਾ ਦਰਜ ਵੀ ਕਰਾ ਰਹੇ ਕਿ ਸ਼ਾਇਦ ਉਸ ਨੂੰ ਠੱਲ ਪਾ ਦਿੱਤੀ ਜਾਵੇ ਜਾਂ ਫਿਰ ਤੁਹਾਡੇ ਕੀ ਵਿਚਾਰੇ ਕਿ ਇਹ ਵਾਕਈ ਸੀਰੀਅਸ ਨੋਟ ਦੇ ਉੱਤੇ ਸਰਕਾਰ ਬੜੀ ਸੀਰੀਅਸ ਹੈ ਉਹ ਹੱਲ ਕੱਢਣਾ ਮੰਗਦੀ ਹੈ ਤਾਂ ਉਹਨਾਂ ਨੂੰ ਸੱਦਣਾ ਮੰਗਦੀ ਹੈ ਇਹਨਾਂ ਤਿੰਨਾਂ ਕੁਐਸਚਨ ਬਹੁਤ ਬਹੁਤ ਖੜੇ ਹੋਏ ਨੇ ਜਿਹੜਾ ਪਹਿਲਾ ਪੁਆਇੰਟ ਆ ਉਹਦੇ ਉੱਤੇ ਮੇਰਾ ਇੱਕ ਹੋਰ ਵਿਚਾਰ ਸਮਝ ਆਇਆ ਸੀਗਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਆ ਬੰਦ ਦਾ ਐਲਾਨ ਵੀ ਕੀਤਾ ਗਿਆ ਸੀ ਪੰਜਾਬ ਦੇ ਵਿੱਚ ਰੋਸ਼ ਵਜੋਂ ਉਹਨਾਂ ਦਾ ਹੱਕ ਵੀ ਹੈ ਕਿਉਂਕਿ ਕਿਸੇ ਦੇ ਕੱਪੜੇ ਉਤਾਰਨ ਜਾਣਾ ਕੋਈ ਇਨਸਾਨੀਅਤ ਨਹੀਂ ਹੈ ਪਰ ਉਹਨਾਂ ਨੂੰ ਪਰਮਾ ਹੰਗਾਰਾ ਨਹੀਂ ਮਿਲਿਆ ਦੁਕਾਨਾਂ ਫੇਰ ਵੀ ਤਰੀਕ ਵੀ ਸਾਰੇ ਸ਼ਹਿਰਾਂ 'ਚ ਖੁੱਲੀਆਂ ਮਿਲੀਆਂ ਦਰਸ਼ਕਾਂ ਨੇ ਸਾਰਿਆਂ ਦੇ ਆਪਾਂ ਅਨਸਰ ਲਵਾਂਗੇ ਤੁਹਾਡੇ ਫੋਨ ਕਾਲ ਆਉਣੀ ਸ਼ੁਰੂ ਹੋ ਗਈਆਂ ਆਪਾਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਜੱਸ ਪੰਜਾਬੀ ਦਾ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਬ੍ਰੇਕ ਤੋਂ ਬਾਅਦ ਮੈਂ ਤੁਹਾਡਾ ਗੁਰਲਾਲ ਹਾਜ਼ਰ ਹੁੰਨਾ ਆ ਹਰੇਕ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਬਹੁਤ ਹੀ ਵਧੀਆ ਟੌਪਿਕਸ ਸਾਡੇ ਕੋਲ ਨੇ ਤੇ ਸਾਡੇ ਨਾਲ ਕਾਲਰ ਵੀ ਜੁੜੇ ਨੇ ਤੇ ਆਪਾਂ ਉਹਨਾਂ ਤੋਂ ਆਨਸਰ ਲਵਾਂਗੇ ਸ਼ਸ਼ੀ ਕਲਪਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸ਼ਸ਼ੀ ਕਲ ਜੀ ਹਾਂ ਜੀ ਪਨੂ ਸਾਹਿਬ ਤੁਸੀਂ ਆਪ ਦੇ ਵਿਚਾਰ ਸਾਂਝੇ ਕਰੋਗੇ ਆਪਣੇ ਕੋ ਦੋ ਤਿੰਨ ਕੁਐਸਚਨ ਨੇ ਜਿਹੜੇ ਅੱਜ ਦੇ ਪ੍ਰੋਗਰਾਮ 'ਚ ਆਪਾਂ ਲੈ ਰਹੇ ਆ ਇੱਕ ਤਾਂ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਚੁਣਾ ਹੈ ਨਮੰਦਾ ਅਬੋਰ ਤੋਂ ਐਮ.ਐਲ.ਏ. ਸ਼੍ਰੀ ਅਰੁਨ ਨਾਰਿੰਗ ਜੀ ਨਾਲ ਜੋ ਕੁਝ ਵਾਪਰਿਆ ਉਹ ਨਹੀਂ ਵਾਪਰਨਾ ਚਾਹੀਦਾ ਸੀ ਕੰਡਮਨਟ ਕਰਦੇ ਇਥੋਂ ਇਸ ਮੰਚ ਤੋਂ ਪਰ ਕੁਐਸਚਨ ਬੜੇ ਖੜੇ ਕਰਦੇ ਆ ਇੱਕ ਤਾਂ ਕੁਐਸਚਨ ਇਹ ਖੜਾ ਹੋ ਜਾਂਦਾ ਕਿ ਇੱਕ ਭਾਈਚਾਰੇ ਨੂੰ ਦੂਸਰੇ ਭਾਈਚਾਰੇ ਦੇ ਖਿਲਾਫ ਪੜਕਾਉਣ ਦੀ ਜਿਹੜੀਆਂ ਕੋਸ਼ਿਸ਼ਾਂ ਕੋਈ ਜਿਹੜੇ ਹੈਗੇ ਸ਼ਰਾਰਤੀ ਤੱਤਾਂ ਵੱਲੋਂ ਕੀਤਾ ਜਾ ਰਹੇ ਆ ਦੂਸਰਾ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਇੱਕ ਪ੍ਰੈਸ ਕਾਨਫਰੰਸ ਹੁੰਦੀ ਜਲੰਧਰ ਦੇ ਵਿੱਚ ਤੇ ਉਹਨਾਂ ਦੇ ਵਿੱਚ ਇੱਕ ਪ੍ਰੈਸ ਨੋਟ ਜਾਂ ਉਹਨਾਂ ਨੇ ਕਿਹਾ ਜਾਂਦਾ ਕਿ ਇਹ ਤਾਂ ਹੋਇਆ ਕਿਉਂਕਿ ਉਹਨਾਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਉੱਥੋਂ ਹਰਾਇਆ ਤੇ ਗਿਣੀ ਮਿੱਤੀ ਆ ਪਲਾਨ ਦੇ ਤਹਿਤ ਸਭ ਕੁਝ ਹੋਇਆ। ਔਰ ਤੀਸਰਾ ਤੁਹਾਨੂੰ ਨਹੀਂ ਲੱਗਦਾ ਕਿ ਇਸ ਦੇ ਉੱਤੇ ਜੋ ਹੈ ਕਿਸਾਨ ਅੰਦੋਲਨ ਜਿਹੜਾ ਸ਼ਾਂਤਮਈ ਚੱਲ ਰਿਹਾ ਇੰਨੇ ਮਹੀਨਿਆਂ ਤੋਂ ਉਹਨੂੰ ਵੀ ਠਾ ਲੱਗ ਸਕਦੀ ਐ ਇਸ ਚੀਜ਼ ਨਾਲ। ਕੀ ਕਹਿਣਾ ਚਾਹੋਗੇ ਜੀ? ਅ ਦੇਖੋ ਜੀ ਆਪਾਂ ਇਹ ਜਿਹੜੀ ਹਿੰਸਕ ਘਟਨਾ ਹੋਈ ਆ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣਾ ਜਾਂ ਕੱਪੜੇ ਉਤਾਰ ਦੇਣੇ ਜਾਂ ਸ਼ਾਈ ਮਾਰ ਦੇਣੀ ਇਹ ਜਿਹੜਾ ਫਿਜ਼ੀਕਲ ਹੈ ਹਮਲਾ ਜਿਹੜਾ ਇਹਨੂੰ ਆਪਾਂ ਕੰਡੈਮਨ ਕਰਦੇ ਹਾਂ ਖਾਸ ਕਰਕੇ ਜੇ ਭਾਵੇਂ ਕੋਈ ਵੀ ਹੋਵੇ ਭਾਵੇਂ ਚੁਣੇ ਹੋਏ ਨਮਾਜ਼ ਦੇ ਹੋਣ ਜਾਂ ਆਮ ਵੀ ਹੋਵੇ ਬਿਲਕੁਲ ਆਮ ਆਦਮੀ ਆਪਨੂੰ ਕੋਈ ਹੱਕ ਨਹੀਂ ਨਾ ਇੱਕ ਇੱਕ ਆਮ ਆਦਮੀ ਕੋਈ ਬਾਜ਼ਾਰ ਚ ਜਾ ਰਿਹਾ ਆ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਹ ਵਿਚਾਰਾਂ ਦਾ ਮਤਭੇਦ ਹੋ ਸਕਦਾ ਆ ਪਰ ਆਪਾਂ ਨੂੰ ਕਿਸੇ ਇਨਸਾਨੀਅਤ ਦੇ ਖਿਲਾਫ ਆਪਾਂ ਕੀ ਹੱਕ ਦਿੱਤਾ ਕਿਸੇ ਦੇ ਤੁਸੀਂ ਕੱਪੜੇ ਉਤਾਰ ਦੋ ਜੀ ਪੰਨੂ ਸਾਹਿਬ ਹਾਂ ਇਹਦੇ ਤੇ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਕਹਿ ਰਿਹਾ ਵੀ ਉਹ ਪਤਾ ਨਹੀਂ ਕੌਣ ਨੇ ਲੋਗ ਨੇ ਇਹ ਤਾਂ ਪੁਲਿਸ ਸਪਸ਼ਟ ਕਰੇਗੀ ਵੀ ਉਹ ਕਿਸਾਨ ਆਗੂਆਂ ਤੇ ਬੰਦੇ ਆ ਜਾਂ ਕੋਈ ਹੋਰ ਸ਼ਰਾਰਤੀ ਅੰਸਰ ਨੇ ਜਾਂ ਇਹ ਕਿਸ ਤਰ੍ਹਾਂ ਘਟਨਾ ਵਾਪਰੀ ਜੀ ਇਹ ਪੁਲਿਸ ਦਾ ਕੰਮ ਹੈ ਇਸ ਘਟਨਾ ਨੂੰ ਸਪਸ਼ਟ ਕਰੇ ਵੀ ਇਹ ਕਿਸ ਤਰ੍ਹਾਂ ਵਾਪਰੀ ਤੇ ਦੂਸਰੀ ਗੱਲ ਇਹ ਕਿਸਾਨ ਦੋ ਅਲੋਲਨ ਦੇ ਬੰਦੇ ਜਿਹੜੇ ਕਿਸਾਨ ਨੇਤਾ ਨੇ ਉਹ ਇਹ ਵੀ ਕਹਿ ਰਹੇ ਵੀ ਸਾਡੇ ਖਿਲਾਫ ਹੀ ਬੜੇ ਹਿੰਸਾ ਆਤਮਕ ਬਿਆਨ ਦਿੱਤੇ ਗਏ ਸਾਨੂੰ ਅੱਤਵਾਦੀ ਆਖਿਆ ਗਿਆ ਸਾਨੂੰ ਮਾਓਵਾਦੀ ਆਖਿਆ ਗਿਆ ਸਾਨੂੰ ਕਮਿਊਨਿਸਟ ਆਖਿਆ ਗਿਆ ਸਾਨੂੰ ਸੈਪਰੇਟਿਸਟ ਸਟੈਰੋਇਡਸ ਪਾਕਿਸਤਾਨੀ ਚਾਈਨੀਜ਼ ਆਦਿ ਆਖੇ ਗਏ ਇਹ ਵੀ ਸਾਡੇ ਖਿਲਾਫ ਹੀ ਹਿੰਸਾ ਆਤਮਕ ਭਾਸ਼ਾ ਵਰਤੀ ਗਈ ਹੈ ਉਦੋਂ ਵੀ ਇਹ ਗੱਲ ਤਾਂ ਖਿਆਲ ਰੱਖਿਆ ਜਾਣਾ ਚਾਹੀਦਾ ਸੀ ਉਦੋਂ ਵੀ ਆਵਾਜ਼ਾਂ ਉਠਣੀਆਂ ਚਾਹੀਦੀਆਂ ਸੀ ਜੀ ਪਰ ਮੈਂ ਫਿਰ ਵੀ ਕਹਿੰਦਾ ਕਿ ਜੇ ਦੇਸ਼ ਦੀ ਤਰੱਕੀ ਆਪਾਂ ਚਾਹੁੰਦੇ ਆ ਤਾਂ ਸਾਨੂੰ ਇਹ ਸੁੱਖ ਸ਼ਾਂਤੀ ਸੁਹਾੜਾ ਠੁਣਾ ਕੇ ਰੱਖਣਾ ਪਊਗਾ ਅੱਗੇ ਹੀ ਪੰਜਾਬ ਨੇ ਬੜਾ ਸੰਤਾਪ ਹੰਢਾਇਆ ਹੈ ਉਹ ਬੜੀ ਮੁਸ਼ਕਲ ਸ਼ਾਂਤੀ ਪੰਜਾਬ ਦੇ ਵਿੱਚ ਆਈ ਹੈ ਔਰ ਜੇ ਗਾਹ ਨੂੰ ਕੋਈ ਇਹੋ ਜਿਹਾ ਮਤਾ ਹੋਰ ਕਿਸੇ ਬੰਦੇ ਨੂੰ ਨਵਾਂ ਮੋੜ ਲਾਈ ਜਾਂਦਾ ਹੈ ਤੇ ਪੰਜਾਬ ਵਾਸਤੇ ਅਮੀ ਕੋਈ ਵੀ ਜਾਤੀ ਹੋਵੇ Hindu ਹੋਣ Sikh ਹੋਣ Isai ਹੋਵੇ ਜੋ ਪੰਜਾਬ ਦੇ ਵਾਸੀ ਨੇ ਉਹਨਾਂ ਨੂੰ ਇਹ ਬਹੁਤ ਮਹਿੰਗਾ ਪਵੇ ਜੀ 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 ਪਰ ਉਹ ਸਭ ਇਹਦੇ ਵਿੱਚ ਜਿਹੜਾ ਇਹ ਇੱਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਨਾਲ ਜੋੜ ਕੇ ਵੀ ਬਹੁਤ ਗਲਤ ਹੈ ਮੇਰੇ ਖਿਆਲ ਨਾਲ ਕਿਉਂਕਿ ਜਿੱਦਾਂ ਤੁਸੀਂ ਹੁਣੇ ਕਿਹਾ ਕਿ ਆਪਾਂ ਜੇ 80s ਦੇ era ਚਲੇ ਜਾਈਏ ਤਾਂ ਬڑا ਸੰਤਾਪ ਹੰਡਾਇਆ ਕੱਲ੍ਹੇ ਪੰਜਾਬ ਨੇ ਨਹੀਂ ਉਹ ਜੋ ਪੰਜਾਬ ਚ ਵਾਪਰਿਆ ਉਹਦਾ ਕਰਕੇ ਪੂਰੇ ਦੇਸ਼ ਦੇ ਵਿੱਚ ਹੀ ਤਣਾ ਤਣੀ ਦਾ ਮਾਹੌਲ ਸੀ ਔਰ ਵਾਪਸ ਜੇ ਕੋਈ ਸਟੇਟਮੈਂਟ ਪਾਸ ਕਰਦਾ ਕਿ ਇਹ ਇੱਕ ਭਾਈਚਾਰਾ ਦੂਜੇ ਭਾਈਚਾਰੇ ਨੂੰ ਉਹ ਤਾਂ ਫਿਰ ਜੇ ਆਪਾਂ ਦੇਖ ਲਈਏ ਤਾਂ ਭਾਰਤੀ ਜਨਤਾ ਪਾਰਟੀ ਦੇ ਕਨੇਤਾ ਹਰਜੀਤ ਸਿੰਘ ਗਰੇਵਾਲ ਪਿੱਛੇ ਜੇ ਪਟਿਆਲੇ ਆਏ ਸੀ ਲੰਚ ਕਰਨ ਕਰ ਰਹੇ ਸੀ ਕਿ ਕਿਸੇ ਜਗ੍ਹਾ ਤੇ ਉੱਥੇ ਉਹਨਾਂ ਦਾ ਵੀ ਘਰਾਵ ਹੋਇਆ ਸੀ ਤੇ ਪੁਲਿਸ ਨੂੰ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਉੱਥੋਂ ਕੱਢਣਾ ਪਿਆ ਸੀਗਾ ਤੋ ਤਾਂ ਗੱਲ ਬਰਾਬਰ ਆ ਜਾਂਦੀ ਹੈ ਕੀ ਕਹਿਣਾ ਚਾਹੋਗੇ ਜੀ ਹਾਂਜੀ ਇਹ ਕੋਈ ਵੀ ਜਿਹੜਾ ਗੈਰ ਕਾਨੂੰਨੀ ਕੰਮ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਕੱਲੀ ਹਿੰਸਾ ਫਿਜੀਕਲ ਨਹੀਂ ਮੈਂ ਮੈਂ ਤਾਂ ਸ਼ਬਦਾ ਦੀ ਹਿੰਸਾ ਨੂੰ ਵੀ ਕਹਿਣਾ ਵਾ ਤੁਹਾਨੂੰ ਆਪਣੀ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਜੀਟਰ ਲੋਕ ਚਾਹੇ ਪੋਲਿਟਿਕਲ ਨੇ ਚਾਹੇ ਇੱਕ ਸਾਲੀਟਰ ਨੇ ਚਾਹੇ ਆਪ ਜੱਤਾਵਾ ਉਹਨਾਂ ਨੂੰ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਜੀ ਔਰ ਬੜੀ ਮੁਸ਼ਕਲ ਨਾਲੇ ਸ਼ਾਂਤੀ ਅ ਸ਼ਾਂਤੀ ਨਾਲ ਹੀ ਅੱਗੇ ਕੋਈ ਸਪੇਸ ਦੀ ਤਰੱਕੀ ਹੋ ਸਕਦੀ ਹੈ ਜੇ ਇਸ ਤਰ੍ਹਾਂ ਦਾ ਸਮਾਜਿਕ ਅਪਸੈਟ ਹੁੰਦਾ ਵਾ ਜਾਂ ਸੁਹਾਰਤ ਖਰਾਬ ਹੁੰਦਾ ਹੈ ਤਾਂ ਇਹ ਦੇਸ਼ ਦੀ ਤਰੱਕੀ ਲਈ ਬਹੁਤ ਘਾਟੇ ਵਾਲਾ ਸੌਦਾ ਸਾਬਤ ਹੋਵੇ ਜੀ ਜੀ ਪੰਨਸੋ ਅਗਲੇ ਖਬਰ ਇਹ ਕੁਐਸਚਨ ਵੱਲ ਵਧਦੇ ਆ ਕਿ ਖੇਤੀਬਾੜੀ ਮੰਤਰੀ ਮਾਨਯੋਗ ਨਰਿੰਦਰ ਸਿੰਘ ਤੋਮਰ ਵੱਲੋਂ ਕੱਲ ਬੀਤੇ ਕੱਲ ਉੱਥੇ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਅਸੀਂ ਤਿਆਰ ਆ ਜੇ ਕਿਸਾਨ ਤਿਆਰ ਨੇ ਤਾਂ ਪਹਿਲੀ ਗੱਲ ਤੇ 2 ਮਹੀਨਿਆਂ ਬਾਅਦ ਸਰਕਾਰ ਵੱਲੋਂ ਥੋੜੀ ਜਿਹੀ ਹਿਲਜਲ ਹੋਈ ਆ ਇਹਦੇ ਕਈ ਮਾਇਨੇ ਕੱਢੇ ਜਾ ਰਹੇ ਨੇ ਕਿ ਇੱਕ ਤਾਂ ਜੀ ਇਹ ਵੀ ਸ਼ਾਇਦ ਕਿਸਾਨ ਜਿੱਥੇ ਬੈਠੇ ਆ ਉੱਥੇ ਬੈਠੇ ਰਹਣ ਤੇ ਉਹਨਾਂ ਦੇ ਦਿਮਾਗ 'ਚ ਇਹ ਆਵੇ ਕਿ ਸਰਕਾਰ ਉਹਨਾਂ ਬਾਰੇ ਸੋਚ ਰਹੀ ਹੈ ਨੰਬਰ 1 ਦੂਸਰਾ ਇਹ ਦੂਸਰਾ ਐਂਗਲ ਇਹ ਹੈ ਕਿ ਜਿਹੜੇ ਪੰਜ ਰਾਜਿਆਂ ਦੇ ਵਿੱਚ ਇਲੈਕਸ਼ਨ ਜਿਹੜੇ ਆ ਰਹੇ ਨੇ ਚੱਲ ਰਹੇ ਨੇ ਕਿਸਾਨ ਜਥੇਬੰਦੀਆਂ ਹਰ ਇੱਕ ਜਗ੍ਹਾ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪ੍ਰਚਾਰ ਕਰ ਰਹੀਆਂ ਨੇ ਉੱਥੋਂ ਵੀ ਉਹਨਾਂ ਨੂੰ ਥੋੜੀ ਸੱਟ ਪੈਂਦੀ ਲੱਗਦੀ ਹੈ ਔਰ ਤੀਸਰਾ ਐਂਗਲ ਇਹ ਹੈ ਕਿ ਵਾਕਈ ਸਰਕਾਰ ਥੋੜੀ ਜੀ ਸੀਰੀਅਸ ਹੈ ਤੇ ਹਲ ਕੱਢਣਾ ਚਾਹੁੰਦੀ ਹੈ ਤਾਂਕਿ ਸਾਰਾ ਮਾਹੌਲ ਜਿਹੜਾ ਹੈ ਉਹ ਠੀਕ ਠਾਕ ਹੋ ਸਕੇ ਤੁਹਾਨੂੰ ਕੀ ਲੱਗਦਾ ਹੈ ਨਾ ਤਿੰਨਾਂ ਵਿੱਚੋਂ ਜੀ ਇਹ ਦੇਖੋ ਜੀ ਕੇਂਦਰੀ ਦੇਤੀ ਬਾੜੀ ਮੰਤਰੀ ਸ਼੍ਰੀ ਨਰਿੰਦਰ ਸਿੰਘ ਜੀ ਤੋਂ ਅਮਰ ਹੋਣਾ ਨੇ ਜਿਹੜੀ ਇਹ ਗੱਲ ਕਹਿ ਦਿੱਤੀ ਆ ਕਿ ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਆ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਵੀ ਇਹੀ ਕਿਹਾ ਸੀਗਾ ਕਿ ਮੈਂ ਤਾਂ ਇੱਕ ਟੈਲੀਫੋਨ ਦੀ ਦੂਰੀ ਤੇ ਹਾਂ ਪਰ ਅਪਚਾਰਿਕ ਤੌਰ ਤੇ ਨਾ ਤਾਂ ਕੋਈ ਮੀਟਿੰਗ ਦਾ ਅਜੰਡਾ ਤੈਅ ਹੋਇਆ ਨਾ ਸਮਾਂ ਤੈਅ ਹੋਇਆ ਨਾ ਸਥਾਨ ਤੈਅ ਹੋਇਆ ਜੀ ਇਸ ਤੋਂ ਲੱਗਦਾ ਹੈ ਕਿ ਪਤਾ ਨਹੀਂ ਇਹ ਕੋਈ ਸੀਰੀਅਸਨੈਸ ਹੈ ਜਾਂ ਨਹੀਂ ਹੈ ਦੂਸਰਾ ਮਾਹੌਲ ਤੁਸੀਂ ਅਗਨਾਈਜ਼ ਦਿੱਤਾ ਕਿ ਸਿਚੁਏਸ਼ਨ ਪੰਜ ਰਾਜਾਂ ਦੇ ਇਲੈਕਸ਼ਨਾਂ ਦੀ ਸਿਚੁਏਸ਼ਨ ਹੈ ਔਰ ਜਿੱਦਾਂ ਕਿਸਾਨ ਆਕੂ ਬੀਜੇਪੀ ਦੀ ਵੋਟ ਤੇ ਚੋਟ ਕਰਦੇ ਨਜ਼ਰ ਆਉਂਦੇ ਆ ਉਹ ਹੈ ਜਾਂ ਇੱਕ ਟਾਲ ਮਤੂਰ ਦੀ ਰਾਜਨੀਤੀ ਆ ਵੀ ਅੱਗੇ ਗਰਮੀ ਆਈ ਕਿਸਾਨ ਉੱਠ ਕੇ ਚਲੇ ਜਾਣਗੇ ਜਾਂ ਜਿਹੜੀ ਸਪਰੀਮ ਕੋਰਟ ਨੇ ਸਰਵੋਚ ਨਿਆਲੇ ਨੇ ਜਿਹੜੀ ਕਮੇਟੀ ਬਣਾਈ ਸੀ ਉਹਦੀ ਰਿਪੋਰਟ ਪਤਾ ਲੱਗਾ ਕਿ ਸਬਮਿਟ ਹੋ ਗਈ ਜਾਂ ਉਹਦੇ ਵਿੱਚੋਂ ਕੁਝ ਨਿਕਲਦਾ ਉਹਨੂੰ ਪ੍ਰੈਸੀਪਿਟੇਟ ਕਰਨਾ ਚਾਹੁੰਦੇ ਹੋ ਕਿ ਕੇਂਦਰ ਸਰਕਾਰ ਜੀ ਇਹਨਾਂ ਮੁੱਦਿਆਂ ਦੇ ਵਿੱਚ ਇਹ ਤਾਂ ਕਿਸਾਨ ਆਕੂ ਚੰਗੀ ਤਰ੍ਹਾਂ ਸਮਝ ਸਕਦੇ ਆ ਜਿਹੜੇ 4 ਮਹੀਨਿਆਂ ਤੋਂ ਕੀ ਵੱਧ ਦਾ ਸਮਾਂ ਉਹਨਾਂ ਦੇ ਨਾਲ ਮੀਟਿੰਗਾਂ ਕਰਦਾ ਨੇ ਉਹ ਇਹਨਾਂ ਦੀ ਇਸ ਗੱਲ ਨੂੰ ਸੈਂਸ ਕਰ ਸਕਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਉਹ ਸੋਚ ਸਮਝ ਕੇ ਇਸ ਦਾ ਜਵਾਬ ਦੇਣਗੇ ਜੀ 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 ਮੋਸਣਾ ਪੰਨੂ ਸਾਹਿਬ ਇੱਕ ਕੁਐਸਚਨ ਇਹ ਹੈ ਕਿ ਕੱਲ ਬੀਤੇ ਕੱਲ ਪੰਜਾਬ ਚ ਕਾਫੀ ਧਰਨੇ ਪ੍ਰਦਰਸ਼ਨ ਤਾਂ ਅੱਡਾ ਡੇਸ਼ੂਆਂ ਨੂੰ ਲੈ ਕੇ ਚੱਲ ਹੀ ਰਹੇ ਨੇ ਇੱਕ ਧਰਨੇ ਪ੍ਰਦਰਸ਼ਨ ਪੇਰੈਂਟਸ ਵੱਲੋਂ ਕੀਤਾ ਗਿਆ ਜੀ ਆ ਮਾਨਯੋਗ ਸੁਪਰੀਮ ਕੋਰਟ ਦਾ ਪੂਰੇ ਇੰਡੀਆ ਦੇ ਵਿੱਚ ਇੱਕ ਹਦਾਇਤ ਹੈ ਕਿ ਜਿੰਨੇ ਚਿਰ ਕਰੋਨਾ ਕਾਲ ਹੈ ਪੂਰਾ ਨਹੀਂ ਹੋ ਜਾਂਦਾ ਲੋਕ ਬੈਕ ਟੂ ਨੋਰਮਲ ਕੰਮ ਕਰ ਤੁਰ ਨਹੀਂ ਪੈਂਦੇ ਜਿਹੜੇ ਪ੍ਰਾਈਵੇਟ ਸਕੂਲ ਆ ਜਾਂ ਪ੍ਰਾਈਵੇਟ ادارے ਆ ਉਹ ਸਿਰਫ ਤੇ ਸਿਰਫ ਟਿਊਸ਼ਨ ਫੀਸ ਲੈਣਗੇ ਤਾਂ ਕਿ ਉਹਨਾਂ ਦਾ ਜੋ ਹੈ ਖਰਚਾ ਚੱਲ ਸਕੇ ਪਰ ਹੁਣ ਜੋ ਹੈ ਪੰਨੂ ਸਾਹਿਬ ਕੀ ਉਹਨਾਂ ਨੇ ਇਹ ਚਾਲੂ ਕਰਤਾ ਕੰਮ ਕਹਿਣਾ ਕਿ ਪ੍ਰਾਈਵੇਟ ਸਕੂਲਾਂ ਨੇ ਉਹ ਉਹ ਨਾ ਬੱਚਿਆਂ ਦੇ ਰਿਜ਼ਲਟ ਰੋਕ ਲਏ ਨੇ ਜਿਹੜੇ ਆ ਬਿਲਡਿੰਗ ਫੰਡਸ ਐਨੂਅਲ ਫੀਸ ਤੋਂ ਦੇਣ ਤੋਂ ਸਮਰਥ ਨਹੀਂ ਔਰ ਇਹ ਬਲੈਕਮੇਲਿੰਗ ਨਹੀਂ ਇਹ ਮਾਪੇ ਦੇ ਪ੍ਰਤੀ ਤੁਹਾਨੂੰ ਕੀ ਲੱਗਦਾ ਜੀ ਬਿਲਕੁਲ ਜੀ ਇਹ ਮੀਡਲ ਕਲਾਸ ਲੋਕਾਂ ਦੀ ਜਿਹੜੀ 10-9 ਦੀ ਕਮਾਈ ਆ ਉਹਦਾ ਇਮੋਸ਼ਨਲ ਬਲੈਕਮੇਲ ਦਾ ਮਾਮਲਾ ਹੈ ਇਹ ਮੂਲ ਅਧਿਕਾਰ ਹੈ ਜੀ ਮੂਲ ਅਧਿਕਾਰ ਹੈ ਲੋਕਾਂ ਦਾ ਸਿੱਖਿਆ ਸਾਡੇ ਨੂੰ ਜਿਹੜਾ ਗਵਰਨਮੈਂਟ ਦਾ ਸਿਸਟਮ ਹੈ ਗਵਰਨਮੈਂਟ ਸਕੂਲ ਹੈ ਉਹ ਸਟਰਥ ਹੋਣੀ ਚਾਹੀਦੀ ਹੈ ਔਰ ਜਿਹੜੇ ਪੇਰੈਂਟਸ ਨੇ ਜਾਂ ਮਾਪਿਓ ਨੇ ਬੱਚਿਆਂ ਦੇ ਉਹ ਥੱਗੇ ਹੋਏ ਮਹਿਸੂਸ ਇਸ ਕਰਕੇ ਵੀ ਨਜ਼ਰ ਆਉਂਦੀ ਨੇ ਕਿ ਕਰੋਨਾ ਕਾਲ ਚ ਬੱਚੇ ਵੀ ਸਕੂਲ ਨਹੀਂ ਗਏ ਕਈ ਬੱਚਿਆਂ ਦੀ ਸਾਲ ਦੀ ਪੜ੍ਹਾਈ ਖਰਾਬ ਹੋ ਗਈ ਜਦੋਂ ਲਾਕਡਾਊਨ ਖੁੱਲਿਆ ਉਹਨਾਂ ਤੋਂ ਵੀ ਸਾ ਵੀ ਲੈ ਲਈਆਂ ਗਈਆਂ ਔਰ ਟਿਊਸ਼ਨ ਫੀਸ ਤੋਂ ਵੱਧ ਕੇ ਆਨੇ ਪਹਾਨੇ ਜੀ ਇਹ ਡਵੈਲਪਮੈਂਟ ਫੰਡ ਹੈ ਜੀ ਇਹ ਬਿਲਡਿੰਗ ਫੰਡ ਹੈ ਜੀ ਇਹ ਤੁਸੀਂ ਆਪ ਹੀ ਭਰਦੇ ਹੋ ਜੀ ਕਿੰਨਾ ਡੋਨੇਸ਼ਨ ਦਿਓਗੇ ਇਸ ਤਰ੍ਹਾਂ ਦੇ ਵੱਖ-ਵੱਖ ਤਰੀਕਿਆਂ ਦੇ ਨਾਲ ਮਾਤਾ ਪਿਤਾ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਕਢਵਾਏ ਜਾ ਰਹੇ ਆ ਔਰ ਇੱਕ ਐਜੂਕੇਸ਼ਨ ਇਹ ਬਿਜ਼ਨਸ ਵਰਗਾ ਨਜ਼ਰ ਆਉਂਦਾ ਹੈ ਜਿਹੜਾ ਕਿ ਇੱਕ ਮੂਲ ਅਧਿਕਾਰ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਦੇ ਨਾਗਰਿਕ ਪੜ੍ਹੇ ਲਿਖੇ ਹੋਣ ਕਿ ਤਾਂ ਦੇਸ਼ ਦੀ ਤਰੱਕੀ ਆਪਣੇ ਆਪ ਲਾਜ਼ਮੀ ਨਜ਼ਰ ਆਏਗੀ ਨਵਾਂ ਨਾਮ ਦੇ ਦਿੱਤਾ ਗਿਆ ਜੀ ਪ੍ਰੋਟੈਸਟਰਸ ਵੱਲੋਂ ਕਿ ਸਰਕਾਰ ਨੂੰ ਐਜੂਕੇਸ਼ਨ ਮਾਫੀਆ ਤੇ ਨੱਥ ਪਾਉਣੀ ਚਾਹੀਦੀ ਆ ਵਾਕਈ ਨਿੰਦਣਯੋਗ ਹੈ ਜੀ ਇਹ ਇਹਦੇ ਨਾਲ ਬੱਚੇ ਵੀ ਥੋੜਾ ਡਿਸਕਰਜ ਹੁੰਦੇ ਆ ਤੇ ਪਰ ਸਾਬ ਲਾਸਟ ਕੁਐਸਚਨ ਆਪਣੇ ਏਰੀਆ ਨਾਲ ਇੱਕ ਛੋਟਾ ਜਿਹਾ ਕਿ ਤਿੰਨ ਸਹਾੜਾ ਰਾਜਸਥਾਨ ਤੇ ਸੁਜਾਨਗੜ੍ਹ ਉਪ ਚੋਣਾਂ ਆ ਰਹੇ ਹਨ ਮੰਨ ਲਓ ਮੰਨ ਲਓ ਭਾਰਤੀ ਜਨਤਾ ਪਾਰਟੀ ਕਾਮਯਾਬ ਹੋ ਜਾਂਦੀ ਹੈ ਮੰਨ ਲਓ ਹਾਲਾਤ ਤਾਂ ਨਹੀਂ ਲੱਗਦੇ ਇਹ ਤਿੰਨ ਸੀਟਾਂ ਜਿੱਤ ਜਾਂਦੀ ਹੈ ਤੇ ਬੜੀ ক্লোਜ਼ ਹੋ ਜੂਗੀ ਸੀਟਾਂ ਦੇ ਵਿੱਚ ਕਾਂਗਰਸ ਦੇ ਨਾਲ ਤੇ ਗੈਲੋਤ ਸਰਕਾਰ ਨੂੰ ਥੋੜੀ ਜੀ ਠੱਬੀ ਲੱਗਦੀ ਨਜ਼ਰ ਨਹੀਂ ਆਊਗੀ ਜੇ ਇਹ ਕੰਮ ਹੋ ਜਾਂਦਾ ਆ ਤਾਂ ਬਿਲਕੁਲ ਇਹ ਰਾਜਸਥਾਨ ਵਿਧਾਨ ਸਭਾ ਦੀ ਉਪ ਚਨਾਵਾ ਦੇ ਨਤੀਜੇ ਜਿਹੜੀਆਂ ਇਹ ਸੀਟਾਂ ਦੇ ਆਉਣਗੇ ਇਹ ਬੜੇ ਕਿਉਂਕਿ ਨੰਬਰ ਗੇਮ ਪਹਿਲਾਂ ਹੀ ਬੜਾ ਮਾਰਜਨ ਤੇ ਐ ক্লোਜ਼ ਹੈ ਰਾਈਟ ਤੇ ਇਹ ਡਿਪੈਂਡ ਕਰਦਾ ਕਿ ਇਹ ਸੀਟਾਂ ਕਿਧਰ ਨੂੰ ਜਾਂਦੀਆਂ ਨੇ ਇਹ ਨੰਬਰ ਗੇਮ ਹੈ ਜਿਹੜਾ ਕੀ ਇਹ ਕਾਰੇਗਾ ਵੀ ਬਿਹਲੋਤ ਸਰਕਾਰ ਦਾ ਜਿਹੜਾ ਰਹਿੰਦਾ ਸਮਾਉ ਕਿੰਦਾ ਦਾ ਨਿਕਲੇਗਾ ਕਿੰਨੀ ਕੁ ਸਟੇਬਲ ਰਹੇਗੀ ਇਹ ਇਹ ਨਤੀਜਿਆਂ ਦਾ ਇੰਤਜ਼ਾਰ ਕਰਨਾ ਪਵੇਗਾ ਫਿਰ ਹੀ ਪਤਾ ਲੱਗੇਗਾ ਕਿ ਊਂਟ ਕਿਸ ਕਰਵਟ ਬੈਠਦਾ ਜੀ 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 ਪੰਨੂ ਸਾਹਿਬ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਜਸਪਨ ਅਬੀਦ ਦੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਅਾ ਦਰਸ਼ਕੋ ਇਸਨ ਡਾਕਟਰ ਚਰਨਜੀਤ ਸਿੰਘ ਜੀ ਪੰਨੂ ਸਾਡੇ ਨਾਲ ਜੁੜਦੇ ਰਹਿੰਦੇ ਨੇ ਹਰ ਗਾਹੇ ਬਗਾਹੇ ਆਪਦੇ ਵਿਚਾਰ ਸਾਂਝੇ ਕਰਦੇ ਰਹਿੰਦੇ ਨੇ ਤੁਸੀਂ ਵੀ ਕਾਲ ਕਰਕੇ ਆਪਦੇ ਵਿਚਾਰ ਸਾਂਝੇ ਕਰਿਓ ਅਰ ਕਾਲਾਂ ਬਹੁਤ ਜੁੜੀਆਂ ਹੋਈਆਂ ਨੇ ਪਰ ਆਪਾਂ ਇੱਕ ਰੁਕਦੇ ਹਾਂ ਛੋਟੀ ਜੀ ਬ੍ਰੇਕ ਤੇ ਲਈ ਐਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਚ ਮੈਂ ਤੁਹਾਡਾ ਗੁਰਲਾਲ ਤੁਹਾਡੇ ਰੂਬਰੂ ਹੁੰਨਾ ਆ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਆਪਾਂ ਜਿੱਦਾਂ ਕਈ ਚੀਜ਼ਾਂ ਬਰਮਾ ਦੀ ਸਿਚੁਏਸ਼ਨ ਤੁਹਾਨੂੰ ਦੱਸੀ ਸੀ ਸuez ਨਹਿਰ ਦੇ ਵਿੱਚ ਫਸਿਆ ਹੋਇਆ ਜਹਾਜ਼ ਜਿਹੜਾ ਨਿਕਲਿਆ ਕਿੰਨਾ ਨੁਕਸਾਨ ਚ ਹੋਣਾ ਪਿਆ ਤਾਂ ਉਹਦੇ ਨਾਲ ਜਿਹੜੇ ਖਬਰਾਂ ਜਿਹੜੀਆਂ ਆਪਾਂ ਨੂੰ ਕੁਐਸਚਨ ਖੜੇ ਕਰਦੀਆਂ ਧਿਆਨ ਮੰਗਦੀਆਂ ਆਪਣੇ ਨਾਲ ਕਾਲਰ ਜੁੜ ਗਏ ਆ ਉਹਨਾਂ ਦੀ ਕਾਲ ਲੈ ਕੇ ਫਿਰ ਆਪਾਂ ਕੰਟੀਨਿਊ ਕਰਾਂਗੇ ਪ੍ਰੋਗਰਾਮ ਜੀ ਬਾਜੋ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ 'ਚ ਹਾਂ ਜੀ ਸਤਿ ਸ੍ਰੀ ਅਕਾਲ ਜੀ ਗੁਰਲਾਲ ਜੀ ਥੈਂਕ ਯੂ ਹਾਂਜੀ ਬਾਜੀਵਤ ਸਾਹਿਬ ਕੁਐਸਚਨ ਤੁਸੀਂ ਦੇਖੀ ਸੁਣੀ ਹੋਣੇ ਪ੍ਰੋਗਰਾਮ ਦੇ ਵਿੱਚ ਕੁਐਸਚਨ ਬੜੇ ਖੜੇ ਹੁੰਦੇ ਆ ਕਿ ਇੱਕ ਚੁਣਿਆ ਹੋਇਆ ਨੁਮਾਇੰਦਾ ਆਪ ਦਾ ਕੋਈ ਵਿਚਾਰ ਦੇ ਪ੍ਰਗਟਾਵੇ ਲਈ ਕਿਤੇ ਜਾਂਦਾ ਆ ਚਾਹੇ ਚੁਣਿਆ ਹੋਇਆ ਨੁਮਾਇੰਦਾ ਹੀ ਕਿਉਂ ਨਹੀਂ ਹੈ ਇੱਕ 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 ਸਧਾਰਨ ਬੰਦਾ ਆ ਕਿਸੇ ਨੂੰ ਕੀ ਹੱਕ ਕਿ ਆਪਾਂ ਕਿਸੇ ਦੇ ਕੱਪੜੇ ਉਤਾਰ ਦਈਏ ਵਿਚਾਰਾਂ ਦੇ ਪ੍ਰਗਟਾਵੇ ਹਰੇਕ ਦਾ ਹੱਕ ਹੈ ਤੇ ਉਸ ਤੋਂ ਬਾਅਦ ਮਤਭੇਦ ਵੀ ਹੁੰਦੇ ਆ ਪਰ ਇਹ ਇਨਸਾਨੀਅਤ ਦੇ ਖਿਲਾਫ ਨਹੀਂ ਜਾਂਦਾ ਇਹ ਜਿਹੜਾ ਹਰਕਤ ਹੋਈ ਹੈ ਨੰਬਰ 1 ਮੈਂ ਗੱਲ ਕਰ ਰਿਹਾ ਜੀ ਅਰुण ਨਾਰਿੰਗ ਜਿਹੜਾ ਬਹੁਤ ਐਮ.ਐਲ.ਏ ਨੇ ਤੇ ਦੂਸਰਾ ਬਾਜੂ ਸਾਹਿਬ ਇਹ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਕਿਸਾਨ ਅੰਦੋਲਨ ਇੰਨੇ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਿਹਾ ਉਹਨੂੰ ਤਾਂ ਲੱਗੀ ਹੋਊਗੀ ਇਸ ਚੀਜ਼ ਨਾਲ ਕੀ ਕਹਿਣਾ ਚਾਹੋਗੇ ਜੀ ਹਾਂ ਜੀ ਗੁਰਲਾਲੀ ਜਿਹੜੀ ਕਿਸੇ ਨਾਲ ਪਰਸਨਲੀ ਵਾਇਲੈਂਸ ਕਰਨੀ ਜੀ ਉਹ ਤਾਂ ਗੱਲ ਠੀਕ ਨਹੀਂ ਹੈ ਚਾਹੇ ਉਹ ਐਮਐਲਏ ਨਾਲ ਹੋਵੇ ਚਾਹੇ ਉਹ ਫਾਰਮਰ ਨਾਲ ਹੋਵੇ ਕਿਸੇ ਵੀ ਇਨਸਾਨ ਨਾਲ ਹੋਵੇ ਕਿਸੇ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਜੀ ਪਰ ਇੱਥੇ ਇਹਨੂੰ ਚੀਜ਼ ਨੂੰ ਥੋੜਾ ਜਿਹਾ ਹੋਰ ਐਂਗਲ ਤੋਂ ਹੀ ਸਮਝਣ ਦੀ ਲੋੜ ਹੈ ਕਿ ਜਿਵੇਂ ਕਿ ਇਹ ਅੰਦੋਲਨ ਚੱਲ ਰਿਹਾ ਜੀ ਪਰ ਗਵਰਨਮੈਂਟ ਇਹੋ ਜੇ ਕਈ ਹੱਥ ਕੰਡੇ ਖੇਡਦੀ ਹੈ ਕਿਉਂਕਿ ਗਵਰਨਮੈਂਟ ਦੀ ਜਿਹੜੀ ਕ੍ਰੈਡੀਬਿਲਟੀ ਹੈ ਭਾਜਪਾ ਪਾਰਟੀ ਦੀ ਜੀ ਸਪੈਸ਼ਲੀ ਉਹ ਲੂਜ਼ ਹੋ ਚੁੱਕੀ ਹੈ ਕਿਉਂਕਿ ਉਹ ਜਿਵੇਂ ਕਿਸਾਨਾਂ ਨੂੰ ਉਹਨਾਂ ਨੇ ਪਹਿਲਾ ਦਿੱਲੀ ਕਿੰਨਾ ਤੁਸੀਂ ਵੇਖੋ ਪਾਣੀ ਦੇ ਬੁਛਾਰਾ ਕਰ ਇਹ ਕਰ ਕਈ ਗਲਤ ਮਲਤ ਨਾ ਉਹਨਾਂ ਦੇ ਲਾ ਦੇ ਨੇ ਇਹ ਅਤਵਾਦੀ ਉਹ ਸਭ ਕੁਝ ਹੁੰਦਾ ਰਿਹਾ 26 ਜਨਵਰੀ ਤੇ ਵੀ ਜਿਹੜਾ ਹੋਇਆ ਉਹ ਵੀ ਕੁਐਸਚਨ ਮਾਰਕ ਨਹੀਂ ਦੇਖਿਆ ਗਿਆ ਔਰ ਹੁਣ ਜਿਵੇਂ ਬੀਜੇਪੀ ਦੇ ਐਮਐਲਆ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਜਦੋਂ ਇੱਕ ਕੰਟਰੀ ਚ ਇੰਡੀਆ ਦੇ ਫ੍ਰੀडम ਟਾਈਮ ਤੋਂ ਬਾਅਦ ਇਹ ਇੱਕ ਸਭ ਤੋਂ ਵੱਡਾ ਅੰਦੋਲਨ ਹੈ ਜਿਹੜਾ ਕਿ ਇੱਕ ਛੋਟੀ ਜੀ ਰੈਵੋਲੂਸ਼ਨ ਵਰਗੀ ਸ਼ੇਪ ਲੈਂਦਾ ਜਾਂਦਾ ਹੈ ਕਿ ਇਹਦੇ ਚਾਰੇ ਬੰਦਾ ਇਨਵੋਲ ਹੈ। ਜੀ। ਗਰੀਬ ਅਮੀਰ ਪੜਿਆ ਲਿਖਿਆ ਵਕੀਲ ਡਾਕਟਰ ਸਭ ਸੋ ਗਵਰਨਮੈਂਟ ਨੂੰ ਇਹ ਸਮਝਣਾ ਚਾਹੀਦਾ ਹੈ। ਅਰ ਇਹਨਾਂ ਨਾਲ ਕਿਸਾਨਾਂ ਨਾਲ ਇਹ ਚੀਜ਼ ਇਹ ਇਸ਼ੂਆਂ ਨੂੰ ਸੋਲਵ ਕਰਨਾ ਚਾਹੀਦਾ। ਹੁਣ ਗੱਲ ਆਉਂਦੀ ਹੈ ਬੀਜੇਪੀ ਦੀ। ਜੀ। ਬੀਜੇਪੀ ਦੇ ਇੱਥੋਂ ਤਿੰਨ ਐਮ.ਐਲ.ਏ. ਜੀ। ਦੇਖੋ ਉਹਨਾਂ ਨੂੰ ਪਹਿਲੇ ਜੇ ਮੈਂ ਉਹਦੀ ਥਾਂ ਤੇ ਹੁਣ ਨਾਰਿੰਨ ਤੇ ਆ ਮੈਨੂੰ ਮੇਰੇ ਤੇ ਕਿਸੇ ਨੂੰ ਅਟੈਕ ਨਹੀਂ ਕਰਨਾ ਚਾਹੀਦਾ ਆਈ ਵਿਲ ਸਟਰੋਂਗਲੀ ਕੰਡਮ ਕਰਦਾ ਪਰ ਮੈਨੂੰ ਦੂਜਾ ਇਹ ਵੀ ਚਾਹੀਦਾ ਵੀ ਮੈਂ ਆਪਣੀ ਕੰਸਟੀਚੂਐਂਸੀ ਜਾਵਾਂ ਮੈਂ ਆਪਣੇ ਜ਼ਿੰਮੇਦਾਰਾਂ ਨੂੰ ਪੁੱਛਾਂ ਵੀ ਤੁਸੀਂ ਦੱਸੋ ਵੀ ਇਹ ਬਿੱਲ ਠੀਕ ਹੈ ਹਾਂਜੀ ਅਗਰ ਫਰਜ਼ ਕਰੋ ਮੇਰੇ 80% ਲੋਕ ਇਸ ਗੱਲ ਨੂੰ ਕਹਿੰਦੇ ਆ ਕਿ ਇਹ ਜਿਹੜੇ ਗਵਰਨਮੈਂਟ ਨੇ ਬਿੱਲ ਗਲਤ ਲਾਇਆ ਤਾਂ ਨਾਰਿੰਗ ਮਿਸਟਰ ਆਰਨ ਨਾਰਿੰਗਾ ਕੰਮ ਹੈ ਬਣਦਾ ਉਹ ਇੱਕ ਸਿੰਪਲ ਚਿੱਠੀ ਲਿਖੇ ਦਿੱਲੀ ਵੀ ਦੇਖੋ ਜੀ ਮੇਰੀ ਕੰਸਟੀਚੂਐਂਸੀ ਦੇ ਜਿਹੜੇ ਹੈ ਉਹ ਐਵੇਂ ਕਹਿੰਦੇ ਆ ਐਵੇਂ ਹੀ ਹਰਜੀਤ ਗਰੇਵਾਲ ਨੂੰ ਕਰਨਾ ਚਾਹੀਦਾ ਐਵੇਂ ਐਕਸ ਮਿਸਟਰ ਜਿਆਨੀ ਨੂੰ ਕਰਨਾ ਚਾਹੀਦਾ ਸੋ ਇਹ ਉਹਨਾਂ ਦੀ ਭੀੜ 'ਚ ਜਾਣਾ ਉਹਨਾਂ ਨੂੰ ਇਨਸਾਈਟ ਕਰਨਾ ਕਿਹੜੀ ਕਿਸੇ ਨੇ ਰੈਲੀ ਕਰਨੀ ਹੈ ਸੋ ਇਹ ਪੋਲੀਟੀਸ਼ੀਅਨ ਤਾਂ ਆਪਣਾ ਆਪਣਾ ਫਾਇਦਾ ਲੈਣੇ ਚਾਹੁੰਦੇ ਦੂਜੀ ਤੁਸੀਂ ਗੱਲ ਕਹੀ ਕਿ ਕੀ ਇਹ ਸਾਡੇ ਅੰਦੋਲਨ ਨੂੰ ਫਾਰਮਰਸ ਦੇ ਅੰਦੋਲਨ ਨੂੰ ਖਰਾਬ ਕਰ ਸਕਦੀ ਬਿਲਕੁਲ ਖਰਾਬ ਕਰ ਸਕਦੀ ਹੈ ਇਹ 2 4 5 ਥਾਵਾਂ ਤੇ ਐਵੇਂ ਹੋਰ ਕਰਾ ਕੇ ਵੱਡੀ ਇੱਕ ਚੀਜ਼ ਹੈ ਜੀ ਜੀ ਕ੍ਰੈਡੀਬਿਲਟੀ ਐਟ ਥਿਸ ਟਾਈਮ ਆਫ ਆਲ ਦਾ ਪੋਲੀਟੀਸ਼ੀਅਨ ਪੰਜਾਬ ਵਿੱਚ ਇੰਡੀਆ ਚ ਉਹ ਖਤਮ ਹੋ ਚੁੱਕੀ ਹੈ ਜੀ ਉਹ ਆਪਣੀ ਦੁਬਾਰਾ ਸੀਟ ਜਿੱਤਣ ਨੂੰ ਕੋਈ ਵੀ ਹਲਕੇ ਤੋਂ ਹਲਕਾ ਹੱਥ ਕੰਡਾ ਖੇਡ ਸਕਦੇ ਹੁਣ ਇਹ ਤਿੰਨੇ ਪਾਰਟੀਆਂ ਜਿਹੜੀਆਂ ਪੰਜਾਬ ਦੀਆਂ ਇਹ ਇੱਕ ਦੂਜੇ ਦੇ ਪਿੱਛੇ ਹੋਈਆਂ ਅਕਾਲੀ ਬੀਜੇਪੀ ਨੂੰ ਮਾਰਾ ਦੱਸ ਰਹੇ ਜੀ ਉਹਨਾਂ ਦਾ ਇਹ ਪਰਪਸ ਹੈ ਵੀ ਕੋਈ ਤੁਹਾਡੇ ਸਾਡੇ ਬਿਨਾ ਤੁਹਾਡੀ ਕੋਈ ਗੱਤ ਨਹੀਂ ਹੈ ਜੀ ਪਰ ਜਿਵੇਂ ਹੁਣ ਕਾਂਗਰਸੀਆਂ ਉਹਨਾਂ ਨੇ ਇਲੈਕਸ਼ਨ ਚ ਜਾਣ ਉਹ ਇਹਨਾਂ ਮੁੱਦਿਆਂ ਨੂੰ ਕਹਿੰਦੇ ਲੋਕਾਂ ਦਾ ਧਿਆਨ ਇਹਨਾਂ 'ਤੇ ਨਾ ਜਾਏ ਉਹ ਇਹਨੂੰ ਕਿਸੇ ਹੋਰ ਪਾਸੇ ਲੈ ਜਾਣਗੇ ਬਾਕੀ ਪੋਲਿਟਿਸ਼ੀਅਨਸ ਨੂੰ ਆਪਣੇ ਮਨ 'ਚ ਯਕੀਨ ਹੋ ਚੁੱਕਾ ਹੈ ਕਿ ਇਹ ਜੇ ਅਸੀਂ ਕੰਮ ਕਰਦੇ ਆ ਅਸੀਂ ਕਰਪਟ ਆ ਹਰ ਇਹਨਾਂ ਚੀਜ਼ਾਂ ਦਾ ਕੋਈ ਪੋਲਿਟিক্যাল ਫੈਸਲਾ ਨਹੀਂ ਨਿਕਲਦਾ ਉਹ 6 ਸਾਲ ਹੋ ਗਏ ਜਿਹੜੀ ਬੇਅਦਬੀ ਹੋਈ ਸੀ ਉਹ ਤੇ ਅਕਾਲੀਆ ਨੇ ਕੀ ਕਰ ਲਿਆ ਤੇ ਕਾਂਗਰਸ ਨੇ ਕੀ ਕਰ ਲਿਆ ਉਹ ਵੀ ਆਪਣਾ ਟਾਈਮ ਇਲੈਕਸ਼ਨ ਜਿੱਤ ਗਏ ਆਪਣੇ ਕਾਂਗਰਸੀ ਵੀ ਇਲੈਕਸ਼ਨ ਜਿੱਤ ਗਏ ਕੋਈ ਨੌਕਰੀ ਨਹੀਂ ਦਿੱਤੀ ਕੋਈ ਗੱਲ ਨਹੀਂ ਸੋ ਜੀ ਇਹੋ ਜਿਹੇ ਮੁੱਦਿਆਂ ਦਾ ਟਾਈਮ ਮੇਰੇ ਸਾਲ ਚ ਉੱਥੇ ਲੰਘ ਚੁੱਕਾ ਲੋਕ ਇਹਨਾਂ ਕੋਲੋਂ ਅਕਾਉਂਟੇਬਿਲਟੀ ਮੰਗਣਗੇ ਔਰ ਇਹੀ ਕਿਸਾਨ ਮੰਗ ਰਹੇ ਜੀ ਜੀ ਇੱਕ ਜਿਹੜਾ ਬਾਜੋ ਸਾਹਿਬ ਡਿਫਰੈਂਟ ਐਂਗਲ ਨਾਲ ਕੱਲ ਬੀਤੇ ਕੱਲ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਜਲੰਧਰ ਚ ਕੀਤੀ ਤਾਂ ਉਹਨਾਂ ਨੇ ਇੱਕ ਹੋਰ ਬਿਆਨ ਜਾਰੀ ਕੀਤਾ ਕਿ ਅਸੀਂ ਇਹ ਤਾਂ ਹੋਇਆ ਕਿ ਉਹਨਾਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਹਰਾਇਆ ਸੀ ਤੇ ਉਹਦੀ ਰਿਵੈਂਜ ਦੀ ਵਜ੍ਹਾ ਨਾਲ ਇਹ ਕਰਵਾਇਆ ਗਿਆ ਆ whatever the case ਆਪਾਂ ਨੂੰ ਕੰਡੈਮਨਡ ਕਰਦੇ ਆ ਇਹ ਤੱਕ ਵਿੱਚ ਜ ਜਾਂ ਬਿਆਨ ਆਉਣ ਲੱਗੇ ਸੀ ਕਿ ਇੱਕ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਤੇ ਉਹ ਸੰਦਰਭ ਦੇ ਵਿੱਚ ਤਾਂ ਦੇਖੀ ਤਾਂ ਹਰਜੀਤ ਸਿੰਘ ਗਰੇ ਗਵਾਲ ਦਾ ਵੀ ਘਰਾਵ ਹੋਇਆ ਸੀਗਾ ਪੰਜਾਬ ਦੇ ਵਿੱਚ ਉਹ ਕਿਤੇ ਲੰਚ ਕਰਨ ਆਏ ਸ਼ਾਇਦ ਪਟਿਆਲੇ ਤਾਂ ਉਹ ਉਹ ਜਿਹੜੀਆਂ ਦਲੀਲਾਂ ਉਹ ਤਾਂ ਕੋਈ ਖਾਸ ਮਾਇਨੇ ਨਹੀਂ ਰੱਖਦੀਆਂ ਬਿਲਕੁਲ ਨਹੀਂ ਮਾਇਨੇ ਰੱਖਦੀਆਂ ਇਹ ਹਜੇ ਘਰਾਵ ਤਾਂ ਰੋਜ਼ ਹੀ ਹੁੰਦੇ ਆ ਪੁਰਾਣੇ ਵੀ ਹੁੰਦੇ ਆ ਜਿਹੜੀ ਮੈਂ ਗੱਲ ਤੇ ਸਟ੍ਰੈਸ ਕਰਨਾ ਚਾਹੁੰਦਾ ਜੀ ਸੁਨੀਲ ਜਾਖੜ ਨੂੰ ਵੀ ਕਪਤਾਨ ਸਾਹਿਬ ਨੂੰ ਵੀ ਹਰਜੀਤ ਗਰੇਵਾਲ ਨੂੰ ਵੀ ਭਾਜਪੀ ਪ੍ਰੈਜ਼ੀਡੈਂਟ ਨੂੰ ਵੀ ਅਕਾਲੀ ਦਲ ਪ੍ਰੈਜ਼ੀਡੈਂਟ ਨੂੰ ਵੀ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿਸਾਨਾਂ ਦਾ ਮਸਲਾ ਸਮਝਣ ਦੀ ਲੋੜ ਹੈ ਇਹ ਇਹ ਉਹਨਾਂ ਦੀਆਂ ਪਾਰਟੀਆਂ 'ਚ ਉਹਨਾਂ ਨੇ ਇਹਨਾਂ ਨੂੰ ਜਾਣਾ ਜ਼ਰੂਰ ਬੰਦ ਕੀਤਾ ਰੈਲੀਆਂ 'ਚ ਪਰ ਇਹ ਆਪਣੇ ਬਿਆਨਬਾਜ਼ੀ ਬੜੀ ਸੋਹਣੀ ਕਰ ਸਕਦੇ ਆ ਇਹ ਪੰਜ ਦੀਆਂ ਪੰਜ ਪਾਰਟੀਆਂ ਇਕੱਠੀਆਂ ਹੋ ਗਏ ਆਪਣਾ ਕੋਈ ਉੱਥੋਂ ਬਿਆਨ ਦੇਣ ਪਈ ਸਾਡੀ ਸਟੇਟ ਦੇ ਜਿਹੜੇ ਫਾਰਮਰਸ ਐ ਉਹ ਦੁਖੀ ਐ ਐਵੇਂ ਦੂਜੀਆਂ ਸਟੇਟਾਂ ਦੇ ਵੀ ਕਰ ਹੁਣ ਹਰ ਸਟੇਟ ਦੇ ਵਿੱਚ ਹਾਲਾਤ ਇਹ ਐ ਕਿ ਫਾਰਮਰਸ ਦਾ ਜਿਹੜਾ ਪਾਸਾ ਹੈ ਉਹ ਉੱਤੇ ਐ ਉਹਨਾਂ ਨਾਲ ਲੋਕ ਯਾਦਾ ਖੜੇ ਸੋ ਸਿਆਸਤਦਾਨਾਂ ਨੂੰ ਪੇ ਬਹੁਤ ਚੇਰ ਹੋ ਗਿਆ ਇਹਨੇ ਲੋਕ ਵੀ ਮਰ ਗਏ ਬਾਜੇਪਾਲ ਸਾਹਿਬ ਤਾਜ਼ਾ ਤਾਜ਼ਾ ਮਿਸਾਲ ਹਾਂਜੀ ਤਾਜ਼ਾ ਸਮਝਣਾ ਚਾਹੀਦਾ ਤਾਜ਼ਾ ਮਿਸਾਲ ਪੰਜਾਬ 'ਚ ਦੇਖਣ ਨੂੰ ਮਿਲੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਬੰਦ ਦਾ ਸੱਦਾ ਦਿੱਤਾ ਸੀ ਕਿ ਸਾਡੇ ਐਮਐਲਏ ਨੂੰ ਜ਼ਲੀਲ ਕੀਤਾ ਗਿਆ ਤੇ ਮੁਸ਼ਕਲ ਨਾ ਪੂਰੇ ਪੰਜਾਬ ਦੇ ਵਿੱਚ 2 ਜਾਂ 3% ਹੀ ਦੁਕਾਨਾਂ ਬੰਦ ਹੋ ਸਕੀਆਂ ਜ਼ਿਆਦਾਤਰ ਦੁਕਾਨਾਂ ਖੁੱਲੀਆਂ ਰਹੀਆਂ ਤੇ ਉਹਨਾਂ ਦਾ ਬਿਆਨ ਦੁਕਾਨਦਾਰਾਂ ਦਾ ਜੋ ਮੀਡੀਆ 'ਚ ਆਇਆ ਹੋਏ ਸੀਗਾ ਕਿ ਦੇਖੋ ਕਿਸਾਨ ਗੁੱਸੇ 'ਚ ਹੈ ਉਹ ਜੇ ਉਹ ਕਿਸਾਨੀ ਖਤਮ ਹੁੰਦੀ ਹੈ ਤੇ ਸਾਡੀ ਦੁਕਾਨਦਾਰੀ ਵੀ ਖਤਮ ਹੁੰਦੀ ਹੈ ਉਹਨਾਂ ਦਾ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਬਹੁਤ ਸਮਝਦਾਰ ਦੁਕਾਨਦਾਰਾਂ ਨੇ ਵੀ ਕਿਹਾ ਵੀ ਜੋ ਹੈ ਗਲਤ ਹੋਇਆ ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਕਿਸਾਨ ਗਲਤ ਹੈ ਤਾਂ ਉਹਨਾਂ ਨੂੰ ਉਸ ਚੀਜ਼ ਦੇ ਵਿਰੋਧ ਦੇਖਣਾ ਪਿਆ ਇਹਨੂੰ ਮੈਸੇਜ ਇਹ ਲੈਣਾ ਚਾਹੀਦਾ ਹੈ ਅਗਰ ਪੰਜਾਬ 'ਚ ਉਹਨਾਂ ਦੇ ਪੰਜਾਬ ਬੰਦ ਦੀ ਜਿਹੜੀ ਕਾਲ ਹੈ ਉਹ ਸਕਸੈਸਫੁਲ ਨਹੀਂ ਹੋਈ ਤੇ ਇਹਦਾ ਮਤਲਬ ਇਹ ਹੈ ਕਿਉਂਕਿ ਸਾਰੇ ਦੁਕਾਨਦਾਰ ਹੋਰ ਕਿਤੇ ਵਾਲੇ ਲੋਕ ਆਪਣਾ ਕੰਮ ਕਰਦੇ ਰਹੇ ਇਹਦਾ ਮਤਲਬ ਇਹ ਹੈ ਕਿ ਲੋਕਾਂ ਦੀ ਫੀਲਿੰਗ ਪੰਜਾਬ ਦੇ ਵਿੱਚ ਟੋਟਲੀ ਫਾਰਮਰਸ ਦੇ ਪ੍ਰੋ ਹੈ ਸੋ ਭਾਜਪਾ ਨੂੰ ਵੀ ਇਹ ਮੈਸੇਜ ਲੈਣਾ ਚਾਹੀਦਾ ਜੀ ਜੀ ਪਾਜੋਸਾ ਅੱਗੇ ਚੱਲਦੇ ਆ ਬੀਤੇ ਕੱਲ ਅ ਖੇਤੀ ਮੰਤਰੀ ਮਾਨਯੋਗ ਨਰਿੰਦਰ ਸਿੰਘ ਤੋਮਰ ਦਾ ਇੱਕ ਬਿਆਨ ਆਉਂਦਾ ਪਹਿਲੀ ਗੱਲ ਤਾਂ ਆਇਆ ਹੀ ਬੜੇ ਚਿਰਾਂ ਪਿੱਛੋਂ ਫਿਰ ਉਹਦੇ ਕਈ ਮਾਇਨੇ ਕੱਢੇ ਰਹੇ ਕਿ ਅਸੀਂ ਤਿਆਰ ਹਾਂ ਜੇ ਕਿਸਾਨ ਗੱਲਬਾਤ ਕਰਨ ਨੂੰ ਤਿਆਰ ਆ ਇਹਦੇ ਦੋ ਤਿੰਨ ਮੀਨਸ ਨਿਕਲਦੇ ਕਿਤੇ ਨਿਕਲਦਾ ਕਿ ਚਲੋ 2 ਮਹੀਨੇ ਬਾਅਦ ਇੱਕ ਬਿਆਨ ਦੇ ਛੱਡੋ ਕਿਸਾਨ ਜਿੱਥੇ ਬੈਠੇ ਉੱਥੇ ਟਿਕੇ ਬੈਠੇ ਰਹਿਣ ਇਹ ਸੋਚਣ ਕਿ ਸਰਕਾਰ ਸਾਡੇ ਬਾਰੇ ਸੋਚ ਰਹੀ ਹੈ ਦੂਜਾ ਉਹਨਾਂ ਦਾ ਇਹ ਹੋ ਸਕਦਾ ਕਿ ਕਬਰਾਹਟ ਹੀ ਹੋ ਸਕਦੀ ਹੈ ਕਿ ਪੰਜ ਰਾਜਾਂ ਦੇ ਵਿੱਚ ਸਟੇਟ ਅਸੈਂਬਲੀ ਇਲੈਕਸ਼ਨ ਚੱਲ ਰਹੇ ਹਨ ਤੇ ਸਹਿਯੁਕਤ ਕਿਸਾਨ ਮੋਰਚਾ ਤੇ ਕਿਸਾਨ ਜਥੇਬੰਦੀਆਂ ਜਾ ਕੇ ਵਿਰੋਧ ਤਾਂ ਦਰਜ ਕਰਵਾ ਰਹੀਆਂ ਨੇ ਤਾਂ ਉਹ ਉਹ ਚੀਜ਼ ਵੀ ਉਹਨਾਂ ਨੂੰ ਹਰਟ ਕਰ ਰਹੀ ਹੈ ਸ਼ਾਇਦ ਉਹਨੂੰ ਰੋਕਣ ਵਾਸਤੇ ਜਾਂ ਵਾਕਈ ਸਰਕਾਰ ਕਿਤੇ ਸੀਰੀਅਸ ਨੋਟ ਦੇ ਉੱਤੇ ਬੈਠੀ ਹੈ ਕਿ ਹੁਣ ਆ ਸਾਨੂੰ ਗੱਲ ਕਰਕੇ ਤੇ ਮਸਲਾ ਹੱਲ ਕਰ ਲੈਣਾ ਚਾਹੀਦਾ ਇਹਨਾਂ ਤਿੰਨਾਂ ਇੰਗਲਾਂ ਤੋਂ ਵਿੱਚ ਕਿਹੜਾ ਤੁਸੀਂ ਵਧੀਆ ਸਮਝੋਗੇ ਜੀ ਇਸ ਟਾਈਮ ਜਿਹੜਾ ਰਿਐਲਿਟੀ ਦੇ ਕਲੋਜ਼ ਹੈ ਇਹ ਬਿਲਕੁਲ ਕਲੀਅਰ ਇੱਕ ਪੋਲੀਟੀਕਲ ਮੂਵ ਹੈ ਅੱਜ ਕੱਲ ਇਹ ਕੱਟ ਐਂਡ ਪੇਸਟ ਪਾਲਿਸੀ ਚੱਲ ਰਹੀ ਹੈ ਜੀ ਗੱਲ ਕਿਤੇ ਕਹਿ ਦੇਣੀ ਹੈ ਪੰਜਾਬ ਚ ਕੋਈ ਹੋਰ ਕਹਿ ਦੇਣਾ ਬੰਗਾਲ ਚ ਹੋਰ ਕਹਿ ਦੇਣਾ ਜਿੱਥੇ ਇਲੈਕਸ਼ਨ ਹੈ ਸੋ ਇਹ ਤਾਂ ਇੱਕ ਕਿਸਮ ਦਾ ਮੈਨੂੰ ਇਹ ਪੋਲੀਟੀਕਲ ਮੂਵ ਲੱਗਦਾ ਹੈ ਅਗਰ ਕੋਈ ਸੈਂਸੇਰਿਟੀ ਹੋਵੇ ਰਾਦਰ ਜੇ ਮੈਂ ਨਰਿੰਦਰ ਤੋਮਰ ਦਾ ਕੋਈ ਉਹਨਾਂ ਦਾ ਸਲਾਹਕਾਰ ਹਾਂ ਤੇ ਉਹਨਾਂ ਨੂੰ ਇੱਕ ਫਾਰਮਰਸ ਦੀ ਮੀਟਿੰਗ ਚ ਸਰਪ੍ਰਾਈਜ਼ ਦੇ ਦੇਣੀ ਚਾਹੀਦੀ ਐ ਸਿੰਘੂ ਬਾਰਡਰ ਤੇ ਲੋ ਬਈ ਅਸੀਂ ਆ ਗਏ ਆ ਕਿਹੜੀ ਗੱਲ ਕਰਨੀ ਆ ਮੇਰਾ ਖਿਆਲ ਹੈ ਜੇ ਉਹ ਇਸ ਤਰ੍ਹਾਂ ਦੀ ਪਾਲਿਸੀ ਵਰਤਣ ਤੇ ਉਹਨਾਂ ਨੂੰ ਬੰਗਾਲ ਤੇ ਦੂਜੇ ਪਾਸੇ ਜ਼ਿਆਦਾ ਪੈਸਾ ਹੋ ਸਕਦਾ ਨਾ ਕਿ ਇਹੋ ਜੇ ਝੂਠੇ ਬਿਆਨ ਦੇਣਾ ਜੀ ਅਸੀਂ ਤਿਆਰ ਆ ਅਸੀਂ ਤਿਆਰ ਇਹ ਜਨਵਰੀ ਤੋਂ ਬਾਅਦ ਤੇ ਇਹਨਾਂ ਨੇ ਕੋਈ ਮੀਟਿੰਗ ਨਹੀਂ ਕੀਤੀ ਕਿੱਥੇ ਕਿਤੇ ਮਿਲੇ ਆ ਇਹਨਾਂ ਦੇ ਲੀਡਰ ਥਾਂ ਥਾਂ ਤੇ ਬੋਲਦੇ ਫਿਰਦੇ ਆ ਅਸੀਂ ਜ਼ਿੰਮੇਵਾਰਾਂ ਦਾ ਕੰਮ ਨਹੀਂ ਕਰਨਾ ਅਸੀਂ ਨਹੀਂ ਉਹਨਾਂ ਨੂੰ ਸੁਣਨਾ ਸੋ ਇਹ ਪੋਲਿਟੀਕਲ ਬਿਆਨਾਂ ਨੂੰ ਛੱਡ ਕੇ ਇਹ ਹਕੀਕਤ ਨੂੰ ਸਮਝ ਕੇ ਅੱਗੇ ਲੱਗਣ ਔਰ ਵੱਡੀ ਇੱਕ ਹੋਰ ਚੀਜ਼ ਹੈ ਜੀ ਡੈਮੋਕਰੇਸੀ ਦੇ ਅੰਦਰ ਕਿਸਾਨ ਵੀ ਉੱਥੋਂ ਦੇ ਡੈਮੋਕਰੈਟਿਕ ਸਿਟੀਜ਼ਨ ਹੈ ਉਹਨਾਂ ਦਾ ਵੀ ਇਹ ਤਾਂ ਹੱਕ ਹੈ ਉਹ ਪ੍ਰੋਟੈਸਟ ਕਰਦੇ ਆ ਇਹ ਦੇਖਣ ਵੀ ਉਹ ਕਾਦੇ ਵਾਸਤੇ ਪ੍ਰੋਟੈਸਟ ਕਰਦੇ ਆ ਜੇ ਜੇ ਬਹੁਤ ਚੰਗੇ ਹੁੰਦੇ ਇਹਨਾਂ ਦੇ ਬਿਲ ਬਹੁਤ ਚੰਗੇ ਹੁੰਦੇ ਤੇ ਆਮ ਸ਼ੋਰ ਇਵਨ ਮੋਦੀ ਸਾਹਿਬ ਭੜੇ ਲੈਕਚਰ ਦੇਣ ਚ ਉਹ ਫਕਰ ਸਮਝਿਆ ਹੋਣਾ ਵੀ ਚਾਹੀਦਾ ਹੈ ਅਗਰ ਇਹ ਬਿਲ ਬਹੁਤ ਚੰਗੇ ਹੁੰਦੇ ਮੋਦੀ ਸਾਹਿਬ ਤੇ ਨਰਿੰਦਰ ਤੋਮਰ ਲੋਕਾਂ ਦੇ ਵਿੱਚ ਆ ਜਾਂਦੇ ਜਿਹੜੇ ਨਹੀਂ ਆਉਂਦੇ ਇੱਥੋਂ ਇਹ ਲੱਗਦਾ ਪਈ ਇਹ ਬਿੱਲਾਂ ਦੇ ਵਿੱਚ ਕੋਈ ਗੜਬੜ ਹੈ ਜੀ ਜੀ ਭਾਈਓ ਸਭ ਆਪਣਾ ਡਾਕੂਮੈਂਟ ਦਾ ਟਾਈਮ ਰਹਿ ਗਿਆ ਤੁਸੀਂ ਲਾਸਟ ਕੁਐਸਚਨ ਹੈ ਜਿਹੜਾ ਪੰਜਾਬ ਦੇ ਵਿੱਚ ਮੁਜ਼ਾਹਰੇ ਤਾਂ ਬਹੁਤ ਚੱਲ ਰਹੇ ਇੱਕ ਨਵਾਂ ਧਰਨੇ ਪ੍ਰਦਰਸ਼ਨ ਪੇਰੈਂਟਸ ਵੱਲੋਂ ਕੀਤਾ ਗਿਆ ਕਿ ਮਾਨਯੋਗ ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਕੋਈ ਵੀ ਪ੍ਰਾਈਵੇਟ ਇਦਾਰਾ ਸਕੂਲ ਸੰਸਥਾ ਕੋਈ ਵੀ ਟਿਊਸ਼ਨ ਫੀਸ ਤੋਂ ਉੱਪਰ ਕੋਈ ਫੀਸ ਨਹੀਂ ਲਾਉਗੀ ਪਰ ਪੰਜਾਬ ਚ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਅ ਕਦੇ ਬਿਲਡਿੰਗ ਫੰਡ ਦੇ ਨਾਂ ਤੇ ਕਦੇ ਐਨੀਅਲ ਫੀਸ ਦੇ ਨਾਂ ਤੇ ਸਟੂਡੈਂਟਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਜੇ ਕੋਈ ਬੱਚਾ ਸਮਰਥ ਹੁੰਦਾ ਹੈ ਐ ਸਮਰਥ ਹੁੰਦਾ ਉਹ ਜਿਹੜੇ ਫੀਸਾਂ ਜਿਹੜੀਆਂ ਐਕਸਟਰਾ ਲਾਉਂਦੇ ਦਿਨ ਤੋਂ ਤਾਂ ਉਹਦਾ ਰਿਜ਼ਲਟ ਰੋਕ ਲਿਆ ਜਾਂਦਾ ਬਲੈਕਮੇਲਿੰਗ ਕੀਤੀ ਜਾਂਦੀ ਹੈ ਇਹ ਤੁਸੀਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਬਹੁਤ ਜ਼ਿਆਦਾ ਜ਼ਿਆਤੀ ਹੈ ਔਰ ਬੱਚਿਆਂ ਨੂੰ ਵੀ ਡਿਸਚਾਰਜ ਕਰ ਸਕਦੀ ਐਜੂਕੇਸ਼ਨ ਤੋਂ ਦੇਖੋ ਜੀ ਕੋਰੋਨਾ ਕਾਲ ਦੇ ਵਿੱਚ ਅਫੈਕਟ ਤਾਂ ਸਾਰੇ ਹੋਏ ਜੀ ਸਕੂਲਾਂ ਨੇ ਇਹ ਸੋਚਿਆ ਵੀ ਸਾਡਾ ਵੀ ਇੱਕ ਇਨਫਰਾਸਟ੍ਰਕਚਰ ਹੈ ਸਾਡਾ ਸਟਾਫ ਹੈ ਉਹਨਾਂ ਦੀਆਂ ਸੈਲਰੀਆਂ ਹਨ ਪਰ ਉਹਦੇ ਤੋਂ ਇੰਪੋਰਟੈਂਟ ਹੈ ਗੁਰਲਾਲ ਜੀ ਕਿ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਹੈ ਉਹ ਸਾਰੇ ਕੋਈ ਬਹੁਤ ਅਮੀਰ ਲੋਕਾਂ ਦੇ ਨਹੀਂ ਆਉਂਦੇ ਕਈਆਂ ਦੇ ਪੇਰੈਂਟਸ ਬਹੁਤ ਜ਼ਿਆਦਾ ਔਖੇ ਹੋ ਕੇ ਉਹਨਾਂ ਦੀ ਪ੍ਰਾਈਵੇਟ ਸਕੂਲਾਂ ਦੀ ਫੀਸ ਦਿੰਦੇ ਆ ਇੱਕ ਤਾਂ ਇਹ ਹੈ ਕਿ ਜਿਹੜਾ ਗਵਰਨਮੈਂਟ ਦਾ ਸਿਸਟਮ ਸਕੂਲ ਇੰਨੇ ਮਾੜੇ ਹੋ ਗਏ ਕਿ ਹਰ ਬੰਦੇ ਨੂੰ ਹੁਣ ਪ੍ਰਾਈਵੇਟ ਸਕੂਲ ਜਾਣਾ ਪੈਂਦਾ ਹੁਣ ਅਗਲੀ ਗੱਲ ਇੱਥੇ ਇਹ ਆਉਂਦੀ ਹੈ ਪੈ ਸੁਪਰੀਮ ਕੋਰਟ ਨੇ ਜਾਂ ਦੁਜਿਆ ਨੇ ਉਹਨਾਂ ਨੂੰ ਕਿਹਾ ਵੀ ਕਰੋਨਾ ਕਾਲ ਚ ਫੀਸਾਂ ਨਾ ਵਧਾਓ ਜੀ ਤੁਸੀਂ ਆਨਲਾਈਨ ਚੱਲ ਗਏ ਜੇ ਤੁਹਾਡਾ ਖਰਚ ਸ਼ਾਇਦ ਘੱਟ ਹੋਵੇ ਕੁਝ ਇਹਨਾਂ ਕੋਲੋਂ ਪੈਸੇ ਕੱਟ ਲੈ ਲਓ ਔਰ ਇਹ 1.5 ਸਾਲ ਵਾਸਤੇ 2 ਵਾਸਤੇ ਜਦੋਂ ਕੋਈ ਕੰਟਰੀ ਤੇ ਭੀੜ ਪੈ ਜਾਂਦੀ ਹੈ ਹੁਣ ਕਰੋਨਾ ਦੇ ਵਿੱਚ ਕਿਸੇ ਦਾ ਕਸੂਰ ਨਹੀਂ ਹੈ ਨਾ ਸਟੂਡੈਂਟਸ ਦਾ ਨਾ ਟੀਚਰਸ ਦਾ ਨਾ ਐਜੂਕੇਟਰ ਪਰ ਇੱਕ ਪ੍ਰੋਬਲਮ ਆ ਗਈ ਜਿਹੜੀ ਬੜੀ ਵੱਡੀ ਹੈ ਇਹਦੇ ਵਿੱਚ ਸਕੂਲਾਂ ਨੂੰ ਇਹ ਚਾਹੀਦਾ ਇੱਕ ਤੇ ਸਾਲ ਵਾਸਤੇ ਅਗਰ ਆਪਣਾ ਪ੍ਰਾਫਿਟ ਹੋ ਘੱਟ ਵੀ ਕਰ ਲੈਣ ਤੇ ਬੱਚਿਆਂ ਦੀ ਅਗਰ ਜ਼ਿੰਦਗੀ ਨੂੰ ਸੁਖੀ ਕਰ ਦੇਣ ਤਾਂ ਬਹੁਤ ਚੰਗਾ ਮੈਂ ਪੜ੍ਹਦਾ ਸੀ ਉੜੀਸਾ ਗਵਰਨਮੈਂਟ ਨੇ ਬਹੁਤ ਚੰਗਾ ਇੱਕ ਇਹ ਮੂਵ ਕੀਤਾ ਉਹ ਪੈਸੇ ਲੋਕਾਂ ਨੂੰ ਕਿੰਨੇ ਬੱਚੇ ਉਹ ਤੇ ਨਹੀਂ ਮੈਂ ਕਹਿ ਸਕਦਾ ਉੱਥੇ ਉਹਨਾਂ ਨੇ ਲਿਖਿਆ ਕੁਝ ਪਰ ਉਹਨਾਂ ਨੇ ਇੱਕ ਬਹੁਤ ਚੰਗਾ ਸਿਸਟਮ ਲਾਇਆ ਉਹਨਾਂ ਨੇ ਪੇਰੈਂਟਸ ਇਹ ਐਜੂਕੇਟਰਸ ਔਰ ਗਵਰਨਮੈਂਟ ਦੇ ਨੁਮਾਇंदे ਤਿੰਨਾਂ ਨੇ ਬਹਿ ਕੇ ਇੱਕ ਕਮੇਟੀ ਨੇ ਫੈਸਲਾ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਦੀ ਜਿਹੜੇ ਸਟੂਡੈਂਟ ਦਾ 1 ਲੱਖ ਤੋਂ ਜ਼ਿਆਦਾ ਖਰਚ ਆ ਸਾਲ ਦਾ ਕਾਲਜ ਪੜਾਉਣ ਦਾ ਉਹਦੇ ਉੱਤੇ ਉਹਨਾਂ ਨੇ 26% ਜਿਹੜਾ ਉਹਨਾਂ ਨੂੰ ਕਰੋਨਾ ਕਾਲ 'ਚ ਕੱਟ ਕਰ ਦਿੱਤਾ ਸੋ ਇਹੋ ਜੇ ਕਰਨੇ ਚਾਹੀਦੇ ਗਵਰਨਮੈਂਟ ਨੂੰ ਇੱਕ ਸੈਂਟਰਲ ਦੇ ਵੱਲੋਂ ਇਸ ਇੱਕ ਟ੍ਰਬਲ ਨੂੰ ਔਰ ਮੈਂ ਦੇਖਦਾ ਸੀ ਗੁਜਰਾਤ ਰਾਜਸਥਾਨ ਪੱਛੱਪ ਬੰਗਾਲ ਇਹ ਸਾਰੀਆਂ ਸਟੇਟਾਂ 'ਚ ਪ੍ਰੋਬਲਮ ਹੈ ਸਭ ਤੋਂ ਸੈਂਟਰਲ ਗਵਰਨਮੈਂਟ ਨੂੰ ਜਿਹੜੀ ਉਹਨਾਂ ਦੀ ਐਜੂਕੇਸ਼ਨ ਮਿਨਿਸਟਰੀ ਹੈ ਉਹਨੂੰ ਕੋਈ ਸਟ੍ਰਿਕਟ ਇਨਸਟਰਕਸ਼ਨ ਦੇਣੀ ਚਾਹੀਦੀ ਹੈ ਔਰ ਥੋੜਾ ਜਿਆਦਾ ਇਹਨਾਂ ਤੇ ਹੋਲਡ ਵੀ ਲਾ ਦੇਣ ਥੋੜੇ ਪੈਸੇ ਕਟਾ ਦੇਣ ਬਹੁਤ ਚੰਗਾ ਔਰ ਕਿਸੇ ਬੱਚੇ ਦਾ ਰਿਜ਼ਲਟ ਰੋਕਣਾ ਇਹ ਬਹੁਤ ਇੱਕ ਉਹਦਾ ਬਹੁਤ ਹੀ ਮਾੜੀ ਗੱਲ ਹੈ ਪੈਸੇ ਤਾਂ ਤੁਸੀਂ ਲੈਣੇ ਦੇਣੇ ਉਹਦੀ ਕੋਈ ਨੌਕਰੀ ਤੇ ਲੈ ਲਿਓ ਨੌਕਰੀਆਂ ਦੇਣੀਆਂ ਨਹੀਂ ਪੜ੍ਹਾਈ ਦੇ ਪੈਸੇ ਲੈਣੇ ਐ ਇੰਨੀ ਬੇਕਦਰੀ ਪੜ੍ਹਾਈ ਦੀ ਹੋ ਗਈ ਅਨਇੰਪਲੋਇਡ ਯੂਥ ਫਿਰ ਰਿਹਾ ਫਿਰ ਵੀ ਮੈਂ ਕਹਿੰਦਾ ਹਿੰਮਤ ਹੈ ਉਹਨਾਂ ਲੋਕਾਂ ਦੀ ਜਿਹੜੇ ਕਿਸੇ ਆਸਤੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ

ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਸੀ ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੇ ਸ਼ਬਾ ਖੈਰ ਦੋਸਤੋ ਖਿਆਰ ਰੱਖਣਾ